जस टीवी देख रहे हो तुसी, मैं केपी सिंह टू द पॉइंट वी तुहाडा सब दा स्वागत करता। आर्थिक नुकसान तो शुरू होया अंदोलन, खेती कानूनों नूं रद्द करवाउण नूं लैके इह अंदोलन पक्ता पक्ता संघी ढांचे की तबाही ते सवाल लैके आउंदा होया, नाल नाल संविधानक कदरां कीमतां वाले सवाल भी पुछण लग पिया। बैठकां दे दौर है जिहड़े उह लगातार जारी है, इन्हां बैठकां विच की कुछ निकलदा पिया, सारे कहिंदे आ बैठकां बेसिट्टा है, पर मैं मन के चलदा इह बैठकां बेसिट्टा नहीं हैगियां, इन्हां बैठकां विचों कुछ ना कुछ निकलदा पिया हैगा। पर खेती कानून रद्द करने वाली जिहड़ी मंग है उस ते कुछ सहमति नहीं बन रही। सवाल यह भी हैगा कि सब दे विचाले शरारतां भी कीतियां जा रही, किसान अंदोलन तार पीड़ो करने की कोशिश की जा रही है। किसान जथेबंदियां कहिंदियां असीं अंदोलन तार पीड़ो नहीं होण दवांगे, चाहे वह केंद्रीय एजेंसियां ही शरारत क्यों ना करन। इस सब दे विचाले केंद्र सरकार वार वार दावा करती है कि असीं चाहुंदे हां मसले हल निकले, सुप्रीम कोर्ट दीआं टिप्पणियां आउंदियां, पर इन्हां सब दे विचाले सवाल इक्को बाकी रह जांदा है, केंद्र दे किसानां ते पिच च कीड़ी पॉलिटिक्स। ਵੱਡਾ ਸਵਾਲ ਇਸ ਡਿਬੇਟ ਵਿੱਚ ਜਿਹੜਾ ਅਸੀਂ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ, ਖੇਤੀ ਕਾਨੂੰਨ ਰੱਦ ਨਹੀਂ ਕਰਨੇ ਤਾਂ ਕੇਂਦਰ ਦਾ ਬੈਠਕਾਂ ਵਾਲਾ ਦਾਅ ਪੇਚ ਕਿਉਂ? ਇਸੇ ਸਵਾਲ 'ਤੇ ਬਹਿਸ ਹੋਵੇਗੀ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤਾਰੁਫ ਕਰਾ ਰਹੇ ਹਾਂ ਫਟਾਫਟ। ਡਾਕਟਰ ਗਿਆਨ ਸਿੰਘ ਐਗਰੋਕਾਨਮਿਸਟ ਨੇ ਅਤੇ ਇਸ ਵਕਤ ਸਾਡੇ ਨਾਲ ਕੈਲੀਫੋਰਨੀਆ ਤੋਂ ਮੌਜੂਦ ਹੈਗੇ ਆ। ਡਾਕਟਰ ਗਿਆਨ ਸਿੰਘ ਬਹੁਤ ਸਵਾਗਤ ਹੈ ਸਰ ਤੁਹਾਡਾ। ਆਰ ਪੀ ਸਿੰਘ ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਨੇ ਅਤੇ ਆਰ ਪੀ ਸਿੰਘ ਉਹਨਾਂ ਦਾ ਲੰਬਾ ਤਜਰਬਾ, ਦਿੱਲੀ ਵਿੱਚ ਬੈਠੇ ਹੋਏ ਨੇ ਅਤੇ ਉੱਥੇ ਇਹ ਸਾਰਾ ਅੰਦੋਲਨ ਚੱਲਦਾ ਪਿਆ। ਆਰ ਪੀ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ। ਹਰਦੀਪ ਸਿੰਘ ਕਿੰਗਰਾ, ਇਹਨਾਂ ਨੂੰ ਪ੍ਰਸ਼ਾਸਨਿਕ ਤਜਰਬਾ ਬਹੁਤ ਜ਼ਿਆਦਾ ਹੈਗਾ, ਮੰਤਰੀਆਂ ਸੰਤਰੀਆਂ ਨਾਲ ਰਹੇ, ਇਹਨਾਂ ਨੂੰ ਪਤਾ ਕਿ ਅੰਦੋਲਨ ਕਿਵੇਂ ਚੱਲਦੇ ਆ ਅਤੇ ਇਸ ਸਭ ਦੇ ਵਿਚਾਲੇ ਫੈਸਲੇ ਕੀ ਹੁੰਦੇ। ਹਰਦੀਪ ਸਿੰਘ ਕਿੰਗਰਾ ਤੁਹਾਡਾ ਬਹੁਤ ਸਵਾਗਤ ਹੈ। ਰਾਜੀਵ ਗੁਦਾਰਾ ਸਵਰਾਜ ਇੰਡੀਆ ਹਰਿਆਣਾ ਦੇ ਇੰਚਾਰਜ ਆ, ਜੈ ਕਿਸਾਨ ਅੰਦੋਲਨ ਜੋਗਿੰਦਰ ਯਾਦਵ ਹਰਿਆਣਾ ਨਾਲ ਜੁੜੇ ਹੋਏ ਆ ਅਤੇ ਰਾਜੀਵ ਗੁਦਾਰਾ ਇਸ ਅੰਦੋਲਨ ਨੂੰ ਜਿਸ ਤਰੀਕੇ ਨਾਲ ਦੇਖ ਰਹੇ ਆ, ਉਹ ਜਿਹੜੀ ਸਪੋਰਟ ਕਰਦੇ ਪਏ ਆ, ਜਿਹੜਾ ਸਭ ਕੁਝ ਤਿਆਰ ਕਰਦੇ ਪਏ ਆ ਅਤੇ ਨਾਲ ਇਹ ਵਕੀਲ ਵੀ ਹੈਗੇ, ਇਸ ਲਈ ਉਹਨਾਂ ਸਵਾਗਤ ਹੈ। ਰਾਜੀਵ ਗੁਦਾਰਾ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਆਰ ਪੀ ਸਿੰਘ ਤੁਹਾਨੂੰ ਕਰਨਾ ਚਾਹੂੰਗਾ। ਆਰ ਪੀ ਸਿੰਘ ਜੀ, ਸਰ ਇਹ ਬੈਠਕਾਂ ਇੰਨੀਆਂ ਆਪਾਂ ਕਰ ਲਈਆਂ, ਬੈਠਕਾਂ ਵਿੱਚ ਸਾਫ਼ ਅਤੇ ਸਪਸ਼ਟ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਰਪੀਲ ਕਰਨ ਵਾਲੇ ਸ਼ਬਦ ਤੋਂ ਪਾਸੇ ਹਟ ਜਾਓ, ਬਾਕੀ ਜੋ ਕਹਿੰਦੇ ਆ ਮਨਵਾ ਲਓ। ਕਿਸਾਨ ਕਹਿੰਦੇ ਆ ਰਪੀਲ ਕਰਨ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਹੱਲ ਨਹੀਂ। ਆਰ ਪੀ ਸਿੰਘ ਜੀ, ਇਹਦਾ ਮਤਲਬ ਹੈ ਸਮੱਸਿਆ ਨਜਿੱਠੀ ਨਹੀਂ ਜਾਵੇਗੀ? ਦੇਖੋ, ਪੰਜਾਬ ਦੀਆਂ, ਹਰਿਆਣਾ ਦੀਆਂ ਔਰ ਕੁਛ ਉੱਤਰ ਪ੍ਰਦੇਸ਼ ਦੇ ਕਿਸਾਨ ਯੂਨੀਅਨ ਕਹਿੰਦੇ ਨੇ ਕਿ ਇਹਨੂੰ ਰਿਪੀਲ ਕਰੋ, ਪਰ ਬਹੁਤ ਸਾਰੀ ਯੂਨੀਅਨ ਇਹੋ ਜਿਹੀ ਨੇ ਜਿਹੜੇ ਕਹਿੰਦੇ ਰਿਪੀਲ ਨਾ ਕਰੋ। ਉਹ ਵੀ ਆਪਣੇ ਆਪ ਵਿੱਚ ਇੱਕ ਵੱਡੀ ਗਿਣਤੀ 'ਚ ਨੇ ਜਿਹੜੇ ਕਹਿੰਦੇ ਰਿਪੀਲ ਨਾ ਕਰੋ। ਔਰ ਇਹ ਕਾਨੂੰਨ ਸਾਡੇ ਹੱਕ 'ਚ ਨੇ, ਸਾਨੂੰ ਕਾਨੂੰਨ ਚਾਹੀਦੇ ਨੇ। ਪੰਜਾਬ ਦੇ ਜਿਹੜੇ ਸਾਡੇ ਕਿਸਾਨ ਵੀਰ ਨੇ ਜਾਂ ਹਰਿਆਣਾ ਦੇ ਜਾਂ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਵੀਰ ਨੇ, ਉਹਨਾਂ ਜਿਹੜੇ ਕੰਸਰਨਸ ਨੇ ਅਸੀਂ ਐਡਰੈਸ ਕਰਨ ਨੂੰ ਤਿਆਰ ਹਾਂ। ਸ਼ੁਰੂ ਸ਼ੁਰੂ ਜਿਹੜੇ ਗੱਲਾਂ ਆਈਆਂ ਸਰ ਪਹਿਲੀ 3 ਮੀਟਿੰਗਾਂ 'ਚ, ਉਹ ਕੰਸਰਨਸ ਐਡਰੈਸ ਵੀ ਕੀਤੇ ਔਰ ਸਰਕਾਰ ਨੇ ਕਿਹਾ ਕਿ ਅਸੀਂ ਇਸ 'ਤੇ ਇਹ ਕਦਮ ਲੈਣ ਨੂੰ ਤਿਆਰ। ਮੈਂ 2-4 ਗੱਲਾਂ ਇਸ ਕਰਕੇ ਜ਼ਰੂਰੀ ਨੇ ਕਿ ਕਲੀਅਰ ਹੋ ਜਾਏਗੀ ਗੱਲ। ਜਿਵੇਂ MSP ਬਾਰੇ ਸਰਕਾਰ ਨੇ ਕਿਹਾ, ਅਸੀਂ ਲਿਖਿਤ ਆਸ਼ਵਾਸਨ ਦੇਣ ਨੂੰ ਤਿਆਰ ਹਾਂ ਕਿ ਸਰਕਾਰ MSP ਨਹੀਂ ਹਟਾਏਗੀ, ਔਰ ਉਹ ਵੀ ਇਸ ਦੇਸ਼ 'ਚ MSP ਤਦ ਤੱਕ ਨਹੀਂ ਹਟ ਸਕਦੀ ਜਦ ਤੱਕ PDS ਸਿਸਟਮ ਤਦ ਤੱਕ MSP ਨਹੀਂ ਹਟ ਸਕਦੀ। ਫਿਰ ਕਿਹਾ ਕਿ ਮੰਡੀ ਕਾਨੂੰਨ ਤੇ APMC 'ਚ ਕੋਈ ਕਮੀ ਨਾ ਹੋਵੇ। ਸਰਕਾਰ ਨੇ ਕਿਹਾ ਅਸੀਂ APMC ਨੂੰ ਹੋਰ ਸਟ੍ਰੈਂਥਨ ਕਰਾਂਗੇ, ਉਹਦੇ ਵਾਸਤੇ 500 ਕਰੋੜ ਰੁਪਏ ਐਲੋਕੇਸ਼ਨ ਵੀ ਕਰਨ ਤਿਆਰ ਹੈ। ਫਿਰ ਆਖਿਆ ਕਿ ਜਿਹੜੇ ਪ੍ਰਾਈਵੇਟ ਪਲੇਅਰ ਆਉਣਗੇ ਉਹਨਾਂ ਦੀ ਇਹ ਨਹੀਂ ਹੋਏਗਾ, ਜਿੱਦਾਂ ਕੁਛ ਇੱਕ ਜਗ੍ਹਾ ਹੋ ਸਕਦਾ ਸ਼ਰਾਰਤ ਹੋਈ ਹੋਏ ਕਿ ਕੋਈ ਆਇਆ ਕਿ ਮੈਂ ਪ੍ਰਾਈਵੇਟ ਪਲੇਅਰ ਹਾਂ, ਮੈਂ ਮੰਡੀ ਆਪਣਾ ਅਲੱਗ ਤੋਂ ਮੰਡੀ ਚਲਾ ਰਿਹਾ, ਔਰ ਬਾਈ ਨੱਠ ਜਾਏ। ਉਹਦੀ ਪ੍ਰੋਪਰ ਰਜਿਸਟ੍ਰੇਸ਼ਨ ਹੋਏ, ਮੈਂ ਜ਼ਰੂਰ ਲਾਂਗਾ, ਉਹਦੀ ਪ੍ਰੋਪਰ ਰਜਿਸਟ੍ਰੇਸ਼ਨ ਹੋਏ ਔਰ ਉਸ ਤੋਂ ਬਾਅਦ ਉਹਨੂੰ ਅਲਾਊ ਕੀਤਾ ਜਾਏ। ਇਹ ਵੀ ਕਹਿਤਾ ਕਿ ਪ੍ਰਾਈਵੇਟ ਪਲੇਅਰ ਤੇ ਲੋਕਲ ਗਵਰਨਮੈਂਟ ਆਪਣੇ ਹਿਸਾਬ ਨਾਲ ਟੈਕਸ ਲਾ ਸਕਦੀਆਂ ਤਾਂ ਕਿ ਉਹਨਾਂ ਨੂੰ ਕੋਈ ਐਡੀਸ਼ਨਲ ਐਡਵਾਂਟੇਜ ਨਾ ਮਿਲੇ। ਫਿਰ ਇੱਕ ਇਸ਼ੂ ਸੀ, ਬੜਾ ਇੰਪੋਰਟੈਂਟ ਇੱਕ ਇਸ਼ੂ ਸੀ ਕਿ SDM ਕੋਰਟ ਤੋਂ ਅਗਲੇ ਕੋਰਟ 'ਚ ਜਾਣ ਦੀ ਛੂਟ ਮਿਲੇ, ਕਿਉਂਕਿ SDM ਕੋਰਟ 'ਚ ਜਿਹੜਾ ਪ੍ਰਾਈਵੇਟ ਪਲੇਅਰ ਹੈ ਉਹ ਇਨਫਲੂਐਂਸ ਕਰ ਸਕਦਾ ਹੈ ਔਰ ਕੱਲ੍ਹ ਉਹਦਾ ਫਾਇਦਾ ਚੱਕ ਸਕਦਾ ਹੈ। ਅਸੀਂ ਕਿਹਾ ਅਗਲੀ ਕੋਰਟ ਜਾਓ, ਇਹੀ ਨਹੀਂ ਅਗਲੀ ਕੋਰਟ ਜਾਓ, ਉਹਦੇ 'ਚ ਵੀ ਫਾਸਟ ਟਰੈਕ ਕੋਰਟ ਲੱਗ ਜਾਏ, ਇਹਦੀ ਵੀ ਚਿੰਤਾ ਕਰਨੀ ਜਾਏ। ਮਤਲਬ ਇੱਦਾਂ ਕੁਛ ਕੀ ਇਸ਼ੂ ਸਨ ਜਿਹੜੇ ਸ਼ੁਰੂ ਸ਼ੁਰੂ 'ਚ ਐਡਰੈਸ ਕੀਤੇ ਗਏ, ਔਰ ਉਹਦੇ ਇਲਾਵਾ ਵੀ ਹੁਣ ਕੁਛ ਹੋਰ ਇਸ਼ੂ ਤੇ ਅਸੀਂ ਕਹਿੰਦੇ ਵੀ ਤਿਆਰ ਹਾਂ ਵੀ ਆਪਦੀ ਇਸ਼ੂ ਲੈ ਕੇ ਆਓ, ਉਸ ਇਸ਼ੂ 'ਤੇ ਅਸੀਂ ਡਿਸਕਸ਼ਨ ਕਰਨ ਨੂੰ ਤਿਆਰ ਹਾਂ। ਆਰ ਪੀ ਸਿੰਘ ਜੀ, ਤੁਸੀਂ ਆਪਣੀ ਗੱਲ ਰੱਖ ਲਈ ਹੈ, ਜਿਹੜੀ ਸੋਧਾਂ ਵਾਲੀ ਤੁਸੀਂ ਗੱਲ ਅੰਦਰ ਬੈਠਕਾਂ 'ਚ ਕਰਦੇ ਰਹੇ ਹੋ। ਮੇਰਾ ਇੱਕ ਸਵਾਲ ਹੈ ਆਰ ਪੀ ਸਿੰਘ ਜੀ, ਇਹ ਖੇਤੀ ਕਾਨੂੰਨ ਜਿਨ੍ਹਾਂ ਲਈ ਬਣਾਇਆ ਤੁਸੀਂ ਕਹਿੰਦੇ ਉਹਨਾਂ ਦਾ ਫਾਇਦਾ ਹੋਣਾ, ਸਰ 5 ਫਾਇਦੇ ਦੱਸ ਦਿਓ ਸਰ, ਇਹਨਾਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਨੂੰ 5 ਫਾਇਦੇ ਕਿਹੜੇ ਹੋਣ ਜਾ ਰਹੇ ਸਰ? ਇਹ ਖੇਤੀ ਕਾਨੂੰਨ ਪੰਜਾਬ ਵਿੱਚ 2017 ਤੋਂ ਲਾਗੂ ਨੇ, ਔਰ 2017 ਤੋਂ
मैं बोलो आरपी सिंह जी सर, मैं आरपी सिंह जी सर, मैं पांच फायदे पूछे जी। 2017 ਵਿੱਚ ਪੰਜਾਬ ਵਿੱਚ ਪੰਜਾਬ ਵਿੱਚ ਕਿਹੜੀ ਰੈਗੂਲੇਟਰੀ ਦੇ ਤਹਿਤ ਲਾਗੂ ਹੈ ਸਰ? ਕੇਰਲਾ ਵਿੱਚ ਕਿਸ ਤਰੀਕੇ ਨਾਲ ਲਾਗੂ ਹੈ ਸਰ? ਬਿਹਾਰ ਵਿੱਚ 2006 ਵਿੱਚ ਕੀ ਹੋ ਗਿਆ ਸਰ? ਸਰ ਉਹ ਗੱਲਾਂ ਛੱਡ ਕੇ ਆਪਾਂ ਅੱਗੇ ਵਧੀਏ ਆਰਪੀ ਸਿੰਘ ਜੀ, ਉਹ ਪੋਲਿਟਿਕਸ ਆਪਾਂ ਕਰ ਲਾਂਗੇ ਸਰ, ਕਿੰਗਰਾ ਸਾਹਿਬ ਤੋਂ ਸਵਾਲ ਲੈ ਲਾਂਗੇ ਆਪਾਂ, ਡੈਫੀਨਿਟਲੀ ਲਵਾਂਗੇ। ਥੋੜੀ ਜਾਣਕਾਰੀ ਕਰਕੇ ਪੰਜਾਬ ਬਿਹਾਰ ਦੀ ਜਿਹੜੀ ਐਗਰੀਕਲਚਰ ਗਰੋਥ ਹੈ ਉਹ ਪੰਜਾਬ ਤੋਂ ਇਸ ਵੇਲੇ ਜ਼ਿਆਦਾ ਵੱਡੀ ਹੈ, ਜ਼ਿਆਦਾ ਸਪੀਡ 'ਤੇ ਹੈ। पहले नहीं सी, रस्ता होर नवा खुल रहा है, मंडिया रह गई, मंडिया के अलावा एपीएमसी मंडी अलावा एक नवा रस्ता खुल रहा है जिथे किसान दे जिहड़ा पहले कॉन्ट्रैक्ट फार्मिंग सी उन्हूं किसान दे पक्ष च करता, वह सारा कुछ किसान दे फेवर च करता। इन्ना फर्क है। ठीक है आरपी सिंह जी, तुसी पांच फायदे नहीं दसे, तो संविधान हक तुहानू संविधान हक दिंदा सर। आरपी सिंह जी सर सुन लो, सर सुन लो मैं सुन लो मैं तुहाडी गल अगे वध रहा सर, सर आरपी सिंह जी, मैं तुहानू पांच फायदे पुछे सी, तुसी उहनां दा विच्चों एक वड्डा फायदा गिणाया कि किसानां दी आमदनी वधाउणी आ सी। सर मेरा सवाल है आरपी सिंह जी, सर आरपी सिंह जी मेरी आवाज़ आ रही है सर? लॉस्ट ट्रैक। चलो आरपी सिंह जी, मैं एक ब्रेक ले लैना, ब्रेक तो बाद वापस आ जाने, एक छोटा ब्रेक लेने, ब्रेक तो बाद वापस आवेंगे। केंद्र ते किसानों के पेचे च कीड़ी पॉलिटिक्स है, बड़ा सवाल सी पुछ रहे, खेती को रद्द नहीं करने तो केंद्र का बैठक का दाव पेच क्यों? आरपी सिंह खरां फर्स्ट सैगमेंट में सुन रहे थे, उन्होंने तुम सवाल भी लेते हैं, उन्होंने जिहड़ा क्लीयर फोकस कर दिता किंगरा साहब, उन्होंने क्लीयर फोकस यह है कि कांग्रेस इदा करती रही है, असी भी ताई इदा करना है। यूपीए चला रही है सर एनडीए, हरदीप सिंह किंगरा एक क्लीयर कर दो। दूजा सवाल है 2017 वाला सवाल वार बार तुहाडे ते उठता है, हरदीप सिंह किंगरा उन्हूं तुसीं डिफेंड कर सकते हो? केपी आरपी सिंह साहब बड़े सीनियर लीडर ने, सब तो पहले तो मैं सारे स्रोतियों से तुहानूं साहिब श्री गुरु गोबिंद सिंह जी के गुरपुरब की बहुत बधाई दिंदा। आरपी सिंह साहब बहुत सीनियर लीडर ने और मेरा ख्याल है कि यह आपकी सरकार नूं सही सलाह देणगे। 2017 दे विच जे तुसीं कहिंदे हो वी कांग्रेस ने यह कानून बनाया सी ਤਾਂ ਕੀ ਉਹਦਾ ਕਿਸਾਨਾਂ ਨੂੰ ਫਾਇਦਾ ਹੋਇਆ? ਪੰਜਾਬ 'ਚ ਬੜੀ ਤਰੱਕੀ ਹੋ ਗਈ, ਇਹ ਤੁਸੀਂ ਸੋਚੋ। ਜੇ ਪੰਜਾਬ ਦੇ ਵਿੱਚ ਤਰੱਕੀ ਨਹੀਂ ਹੋਈ ਤਾਂ ਤੁਹਾਨੂੰ ਤਾਂ ਸਿੱਖਣਾ ਚਾਹੀਦਾ ਸਭ ਕੁਝ, ਤਾਂ ਪੰਜਾਬ 'ਚ ਤਾਂ ਕਾਨੂੰਨ ਚੱਲਿਆ ਨਹੀਂ ਤੇ ਅਸੀਂ ਕਿਉਂ ਚਲਾਈ ਜਾਂਦੇ ਹਾਂ ਇਹ? ਦੂਜੀ ਗੱਲ, ਸਭ ਤੋਂ ਵੱਡੀ ਗੱਲ ਹੈ ਆਰਪੀ ਸਿੰਘ ਸਾਹਿਬ, ਤੁਸੀਂ ਫੇਲੀਅਰ ਦੀ ਇੱਕ ਐਗਜ਼ਾਮਪਲ ਦੇ ਕੇ ਉਹਨੂੰ ਰੈਪਲੀਕੇਟ ਨਹੀਂ ਕਰ ਸਕਦੇ, ਯੂ ਵਿਲ ਹੈਵ ਟੂ ਥਿੰਕ ਇਟ, ਆਪਣੀ ਸਰਕਾਰ ਨੂੰ ਦੱਸੋ। ਦੂਜੀ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਭਾਰਤ ਦੇ ਵਿੱਚ ਬਹੁਤ ਸਾਰੇ ਐਗਰੋ ਕਲਾਈਮੇਟਿਕ ਜ਼ੋਨ ਨੇ, ਪੰਜਾਬ ਦੀ ਖੇਤੀ ਹੋਰ ਤਰ੍ਹਾਂ ਦੀ ਹੈ, ਹਰਿਆਣੇ ਦੀ ਖੇਤੀ, ਪੰਜਾਬ ਦੀ, ਵੈਸਟਰਨ ਯੂਪੀ ਦੀ ਖੇਤੀ ਹੋਰ ਤਰ੍ਹਾਂ ਦੀ ਹੈ, ਕੇਰਲਾ ਦੀ ਖੇਤੀ ਹੋਰ ਤਰ੍ਹਾਂ ਦੀ ਹੈ, ਮਹਾਰਾਸ਼ਟਰ ਦੀ ਖੇਤੀ ਹੋਰ ਤਰ੍ਹਾਂ ਦੀ ਹੈ, ਮੱਧ ਪ੍ਰਦੇਸ਼ ਦੀ ਖੇਤੀ ਹੋਰ ਤਰ੍ਹਾਂ ਦੀ ਹੈ, ਬਿਹਾਰ ਦੀ ਖੇਤੀ ਹੋਰ ਤਰ੍ਹਾਂ ਦੀ ਹੈ। ਤੁਸੀਂ ਇੱਕ ਸਾਈਜ਼ ਦਾ ਜੁੱਤਾ ਬਣਾ ਕੇ ਸਾਰੇ ਦੇਸ਼ ਨੂੰ ਨਹੀਂ ਪਵਾ ਸਕਦੇ। ਇਹ ਵੱਖਰੀ ਗੱਲ ਹੈ ਕਿ ਭਾਰਤ ਦੇ ਵਿੱਚ ਇਸ ਵੇਲੇ ਜਿਹੜਾ ਰਾਜ ਭਾਗ ਹੈ ਉਹ ਭਾਰਤੀ ਜਨਤਾ ਪਾਰਟੀ ਦਾ, ਇੱਕ ਪਾਰਟੀ ਦਾ ਰਾਜ ਹੈ, ਪਰ ਇੱਕ ਪਾਰਟੀ ਦਾ ਰਾਜ ਹੋਣ ਦੇ ਕਾਰਨ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਰਾ ਭਾਰਤ ਇੱਕੋ ਜਿਹਾ ਹੈ। ਇੱਥੇ ਬਰਫ਼ ਵੀ ਪੈਂਦੀ ਹੈ, ਇੱਥੇ ਰੇਗਿਸਤਾਨ ਵੀ ਹੈ। ਸੋ ਇਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖੋ ਆਰਪੀ ਸਿੰਘ ਸਾਹਿਬ, ਸਰਕਾਰ ਨੂੰ ਦੱਸੋ ਕਿ ਭਾਰਤ ਦੇ ਜਿੰਨੇ ਐਗਰੋ ਕਲਾਈਮੇਟਿਕ ਜ਼ੋਨ ਹੈ ਸਾਨੂੰ ਉਹਨੇ ਕਾਨੂੰਨ ਚਾਹੀਦੇ ਆ ਖੇਤੀ ਦੇ, ਇਹ ਸਾਰਿਆਂ ਨੂੰ ਇੱਕ ਤੁਸੀਂ ਡੰਡੇ ਨਾਲ ਨਹੀਂ ਹੱਕ ਸਕਦੇ। ਚਲੋ ਠੀਕ ਠੀਕ, ਇਸ ਕਰਕੇ ਤੁਹਾਡੀ ਤਪੱਸਿਆ ਹੀ ਤਾਂ ਆਈ ਹੈ ਕਿ ਤੁਸੀਂ ਸਾਰਿਆਂ ਨੂੰ ਇੱਕੋ ਡੰਡੇ ਨਾਲ ਹੱਕਣ ਦੀ ਕੋਸ਼ਿਸ਼ ਕੀਤੀ ਹੈ। ਠੀਕ ਠੀਕ, ਤੁਸੀਂ ਦੱਸੋ ਕੇਰਲਾ ਦੀ ਖੇਤੀ ਤਾਂ ਉੱਥੇ ਤਾਂ ਕੈਸ਼ ਕ੍ਰੌਪਸ ਹੁੰਦੀਆਂ, ਉੱਥੇ ਕਣਕ ਝੋਨਾ ਹੁੰਦਾ ਹੀ ਨਹੀਂਗਾ, ਉੱਥੇ ਤਾਂ ਲੌਂਗ ਹੁੰਦੇ ਆ, ਉੱਥੇ ਲਾਚੀਆਂ ਹੁੰਦੀਆਂ, ਉੱਥੇ ਖੋਪਾ ਹੁੰਦਾ, ਉੱਥੇ ਭਾਰਤ ਦੀ ਜਿਹੜੀ ਪੰਜਾਬ ਦੀ ਖੇਤੀ ਆ ਉਹਨੂੰ ਕੇਰਲਾ ਨਾਲ ਨਾ ਕੰਪੇਅਰ ਕਰੋ। ਦੂਜੀ ਗੱਲ, ਤੁਸੀਂ ਆਪ ਕਹੀ ਜਾਂਦੇ ਹੋ 2017 ਚ ਕਾਨੂੰਨ ਪੰਜਾਬ ਚ ਲਾਗੂ ਹੋ ਗਿਆ ਸੀ, ਕੀ ਪੰਜਾਬ ਨੇ 22 ਗੁਣਾ ਕਰਤੀ, ਦੁੱਗਣੀ ਕਰਤੀ ਇਹਦੇ ਨਾਲ ਇਹਨਾਂ ਕਾਨੂੰਨਾਂ ਨੇ ਪੰਜਾਬ ਦੇ ਠੀਕ ਕਰ ਦਿੱਤਾ? ਠੇਕੇਦਾਰਾਂ ਦੇ ਅਸੀਂ ਉਲਟਾ ਕਰਤਾ, ਅਸੀਂ ਕਾਨੂੰਨ ਵਿੱਚ ਹਰ ਉਹ ਧਾਰਾ ਪਾਤੀ ਜਿੱਥੇ ਕਿਸਾਨ ਦਾ
हक ना मारिया जाए, जिथे किसान की चिंता की जाए वह हर चीज करती जी। यह फर्क है 2017 हुण दे कानून नहीं। और कैप्टन साहब और कैप्टन साहब उस कमेटी च रहे, कैप्टन साहब इतने आते रहे उस मीटिंग वास्ते जिथे कानून बने सन जी। कानून बना बैठे अंदोलन छेड़ सकते हैं स्टेट गवर्नमेंट के खिलाफ? बिल्कुल छेड़ लैणगे। फिर 2017 जे ना कानून खराब है सर छेड़ लैणगे, ओ तुसी क्यों चिंता करी जांदे सर? तुसी इह स्टेट सब्जेक्ट है सर, स्टेट च रहण दो ना। यही सवाल तोमर साहब अगे भी उठिया। डॉक्टर ज्ञान सिंह, इह स्टेट सब्जेक्ट वाला सवाल है, इस नूं एड्रेस क्यों नहीं किया जा रहा प्रॉपरली? बिलकुल पुछा जी, बिलकुल। मैं चाहूंगा प्लीज कैप्टन साहब अक्टूबर तो कह रहे कि असि बिल चैलेंज करांगे सुप्रीम कोर्ट जाके। हर जगह कैप्टन साहब ने हां ए तोड़ा सवाल ठीक है, तोड़ा सवाल ठीक है। हां जी डॉक्टर ज्ञान सिंह। हां जी, ए तोड़ा सवाल मैं सवाल कर रहा सीगा, खेतीबाड़ी स्टेट सब्जेक्ट है सर, उस तरीके ना एड्रेस पॉलिटिकल पार्टियां नहीं करदियां पियां, किसान इस सब्जेक्ट नु एड्रेस करदे पे सर? डॉक्टर ज्ञान सिंह, ए देखो केपी सिंह दी गल है कि जदों साडा कॉन्स्टिट्यूशन बणिया सी, साडा फेडरल सेटअप है, ए स्टेट सब्जेक्ट है। ते जिस तरह संघी ढांचे संघी हुण वड्डे पद्धर ते कुट्टी है, पर कुट्टनी शुरू जदों ही हो गई सी जदों ए साडा संविधान बणिया, उस तों बाद उस मौके दी कांग्रेस सरकार ने भी संघी कुट्टनी शुरू कीती सी। पर हुण जिस तरह ये कानून बनाए गए ने ते इहनां नूं एक सुगात दस्या जा रिहा है, ते सारा कुछ उह च संघी ढांचे नूं असीं बर्बाद करके की लैके आवांगे मैनूं उह दिखदा नहीं। ते एक आर पी सिंह उहनां ने कहा सी कि बिहार दा एग्रीकल्चर दा ग्रोथ रेट, ए जिहड़ा एग्रीकल्चर ग्रोथ रेट है वह बहुत कुछ दिखाउंदा है, जिन्ना कुछ दिखाउंदा उदों वध लुको रहा हैगा। पर जे उत्थे एग्रीकल्चर ग्रोथ रेट इन्ना ज़्यादा वधिया है तां उत्थों दे लोक इन्ना उजाड़ा किवें हो रहा, उत्थों बाहर दिहाड़ी करन किवें आ रहे ने, ते सानू देखना पऊगा। जिहड़े सानू आर्गूमेंट दित्ते जा रहे, एक आर पी सिंह उहनां दा होर आर्गूमेंट सी कंट्रैक्ट फार्मिंग वाला, कंट्रैक्ट फार्मिंग वाले दे विच वी जिन्ना कुछ हैगा उह ज़्यादा कुल मिला के इनपुट्स फार्मां ने दसणा है, आउटपुट की क्वालिटी उन्होंने दसनी है। कुल मिला के शेर ते बकरी वाला मुकाबला है, शेर ते बकरी वाले मुकाबले चो की निकल जाता है सानू पता है। डॉक्टर ज्ञान सिंह एक चीज मैंने होर साफ कर दो, मैं एक मिनट आर पी सिंह जी, एक मिनट प्लीज आर पी सिंह जी प्लीज, तुहानू पूरा मौका मिलो सर, सब तो ज्यादा टाइम तुहानू मिलना सर, आर पी सिंह जी गल याद रखियो सर, एंड ते तुहाडे कोल तुहानू सर सब तो वध आर पी सिंह जी सब तो वध टाइम ही तुहानू मिलना सर, गल याद रखियो मेरी। डॉक्टर ज्ञान सिंह मैं वापस आऊंगा तुहाडे कोल, मैं वापस आऊंगा। अर्जी गुदारा जी एक सुप्रीम कोर्ट चले जाओ, एक आर पी सिंह ने भी यह सवाल किया कैप्टन अमरिंदर सिंह की सरकार सुप्रीम कोर्ट क्यों नहीं गई, बैठक में भी सुप्रीम कोर्ट वाला सवाल सर मुखर होकर किया जाता है। एक सवाल होर है सर अरजीत गुजारा, एक कहता कमेटी बना लो, टाइम बाउंड कमेटी बना लें, उनके सारिया चर्चावान कर लेंगे, ये अंदोलन खत्म कर लो। अरजीत गुजारा, एक सुप्रीम कोर्ट तो एक कमेटी, सर इसका मतलब की है? सर कोई मतलब नहीं, ज्ञान सिंह जी ने ठीक किया, जो फैडरल स्ट्रक्चर है, जो संघीय ढांचा है, संघवाद की जी गल करते हैं, संघ के फैडरल स्ट्रक्चर उत्थे संघ की विचारधारा ने उत्ते अटैक करने का बड़े देर तो विड़ा चुका है, उसे अगे बधाया जा रहा है। इस करके तरह तरह के तर्क के नाते कुतर्क पेश किए जा रहे हैं। सुप्रीम कोर्ट चले जाओ, मंत्री जी ने कहा कि मंत्री जी ये जानते नहीं कि सुप्रीम कोर्ट जाने की सारे छूट है, उन्होंने परमिशन लैन की लड़ नहीं, उन्होंने कहने की लड़ नहीं, गलबात वास्ते बुलाया, गल करो। पिछली बार तुसी कहा सी कि एमएसपी ते गल करांगे, कि एमएसपी ते तुसी गल कर रहे हो, एमएसपी ते लिखित आश्वासन देने की गल बार बार कर रहे हैं, ठीक है तुसी कह रहे हो जे जी एमएसपी है उहदी लागू रहेगी। देश का किसान जानता है कि जे जी लागू हैगी उहदी रहण नाल उहदा कुछ नहीं बनता, उहदा बाजरा, उहदी सूरजमुखी, उहदा सरसों की कोई फसल नहीं बिकती, कुछ एरिए दे विच पंजाब हरियाणा दे स्थान ते गेहूं बिक जांदी होए, ज्ञान सिंह जी दसणगे कि 6% कुछ फसलां ने एमएसपी ते बिकदियां ने, लागू रहेगी तो इस लिखित आश्वासन तो कुछ नहीं मिलता, लोग लड़ाई लड़ रहे हैं। फिर तुम तीन कानून लैके आए हो, ये अचानक कह दें कि असं मंडी सिस्टम को खत्म नहीं करा, स्ट्रक्चर इस तरह बना दोगे, स्ट्रक्चरल व्यवस्था इस तरह की कर दोगे तो वह अभिशप्त होगी, हिंदी एक शब्द है अभिशप्त, वो नियति है कि उन्हें खत्म होने ही है इस तरह के कानून आने तो बाद। दूजा जो इन्होंने शेर के बकरी वाला उदाहरण बहुत वधिया दिता इन्होंने, तुम पूरी व्यवस्था ही इस तरह की बना रहे हो, ना मंडी रहनी है तो ना ही किसान ने आजाद रहना है, जिहड़ी कहिंदे ने आजादी देती आजाद नहीं रहना, जे कॉन्ट्रैक्ट दे विच पहले ही एग्रीमेंट कर लिया तो फिर आजादी का दी एग्रीमेंट तो पहले ही हो गया, फिर जिहड़ा तुसीं
ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਵਿੱਚ ਅਮੈਂਡਮੈਂਟ ਕਰ ਦਿੱਤੀ, ਉਹਦੇ ਰਾਹੀਂ ਕੀ ਸੰਭਵ ਨਹੀਂ ਹੋਏਗਾ ਕਿ ਜਿਹਦੇ ਬੜੇ ਬੜੇ ਵਪਾਰੀ ਨੇ, ਬੜੇ ਬੜੇ ਕਾਰਪੋਰੇਟ ਨੇ, ਉਹ ਜਦੋਂ ਫਸਲ ਮਾਰਕੀਟ 'ਚ ਆਏਗੀ ਉਦੋਂ ਆਪਦੇ ਸਟੋਰ ਦੇ ਵਿੱਚੋਂ ਬਾਹਰ ਲੈ ਆਣਗੇ ਤੇ ਰੇਟ ਡੇਗ ਦੇਣਗੇ, ਤੇ ਜਦੋਂ ਕਿਸਾਨ ਦੀ ਫਸਲ ਚੁੱਕੀ ਗਈ ਉਦੋਂ ਰੇਟ ਵਧਾ ਲੈਣਗੇ। ਇਹ ਕੰਜ਼ਿਊਮਰ ਨੂੰ ਵੀ ਨੁਕਸਾਨ ਹੋਏਗਾ। ਇਹ ਕਾਨੂੰਨ ਦੇ ਨਾਲ ਜਿਹੜਾ ਪੈਕੇਜ ਲੈ ਕੇ ਆਏ ਨੇ, ਇਸ ਪੈਕੇਜ ਨੂੰ ਸਮਝਣ ਦੀ ਲੋੜ ਹੈ। ਹੁਣ ਸਰਕਾਰ ਉਸ ਪੈਕੇਜ ਦੀ ਗੱਲ ਨਹੀਂ ਕਰਦੀ, ਹੁਣ ਸਰਕਾਰ ਫਿਰ ਵਿੱਚ ਵਿੱਚ ਇੱਕ ਅੱਧੀ ਗੱਲ ਕਹਿੰਦੀ ਹੈ, ਇੱਥੇ ਆਹ ਦੇ ਦਿੰਦੇ ਆ, ਇੱਥੇ ਪੈਸੇ ਦੇ ਦੇਵਾਂਗੇ, ਇੱਥੇ ਅਮੈਂਡਮੈਂਟ ਕਰ ਦਿੰਦੇ ਆ। ਕੀ ਤੁਹਾਡੀ ਸਰਕਾਰ ਨੂੰ ਪਤਾ ਨਹੀਂ ਸੀ ਕਿ ਤੁਸੀਂ ਇੰਨੇ ਗਲਤ ਬਿੱਲ ਲੈ ਕੇ ਕਾਨੂੰਨ ਲੈ ਕੇ ਆ ਰਹੇ ਹੋ? ਨਹੀਂ ਪਤਾ ਸੀਗਾ। ਬਿਹਾਰ ਦਾ ਜ਼ਿਕਰ ਕੇਪੀਸੀ ਤੇ ਆਇਆ, ਮੈਂ ਇੱਕ ਦੂਜੇ ਸੰਦਰਭ 'ਚ ਬਿਹਾਰ ਦਾ ਜ਼ਿਕਰ ਕਰਨਾ ਚਾਹਨਾ। ਜਿਹੜੇ ਇਲੈਕਟਰਲ ਬੌਂਡ ਬਿਹਾਰ ਦੀ ਇਲੈਕਸ਼ਨ ਦੇ ਵਿੱਚ ਵੀ ਆਏ, ਜੇ ਉਹ ਸਾਹਮਣੇ ਆ ਜਾਣ ਕਿ ਕਿੱਥੋਂ ਆਏ ਤੇ ਕਿੰਨਾ ਲੈ ਕੇ ਦਿੱਤੇ, ਤੇ ਕਾਨੂੰਨਾਂ ਦਾ ਸੱਚ ਵੀ ਸਾਹਮਣੇ ਆ ਜਾਏਗਾ ਕਿ ਕਾਨੂੰਨ ਉਹਨਾਂ ਲੋਕਾਂ ਵਾਸਤੇ ਹੀ ਹੈ ਜਿਨ੍ਹਾਂ ਨੇ ਇਲੈਕਟਰਲ ਬੌਂਡ ਇਸ ਜਿਹੜੇ ਨਵੇਂ ਕਾਨੂੰਨ ਦੇ ਤਹਿਤ ਜਿਨ੍ਹਾਂ ਦੀ ਜ਼ਾਹਿਰ ਨਹੀਂ ਹੋਣੇ, ਉਹਦੇ ਵਿੱਚ ਕਿੰਨਾ ਪੈਸਾ ਸਰਕਾਰ ਦੀ ਜਿਹੜੀ ਪਾਰਟੀ ਬੀਜੇਪੀ ਉਹਨੂੰ ਦਿੱਤਾ ਤੇ ਉਹਨਾਂ ਦੀ ਸੇਵਾ ਕਰਨ ਵਾਸਤੇ, ਉਸ ਪੂਰੀ ਵਿਵਸਥਾ ਨੂੰ ਉਸਾਰਨ ਵਾਸਤੇ ਇਸ ਤਰ੍ਹਾਂ ਦੇ ਕਾਨੂੰਨ ਲੈ ਕੇ ਆਏ ਨੇ। ਤੇ ਸਰਕਾਰ ਨੇ ਇੱਕ ਗੱਲ ਜਿਹੜੀ ਹੁਣ ਤੱਕ ਨਹੀਂ ਕੀਤੀ, ਸੁਪਰੀਮ ਕੋਰਟ ਜਾਣਾ ਸਭ ਦਾ ਅਧਿਕਾਰ ਹੈ, ਜਿਹੜਾ ਵੀ ਜਾਣਾ ਚਾਹੇ ਉਹ ਜਾ ਹੀ ਸਕਦਾ, ਕਿਸੇ ਦੀ ਕਹਿਣ ਦੀ ਲੋੜ ਨਹੀਂ। ਬਟ ਇੱਕ ਜੀ ਗੱਲ ਜਿਹੜੀ ਮਹੱਤਵਪੂਰਨ ਹੈ, ਸਰਕਾਰ ਨੇ ਇੱਕ ਵਾਰ ਹਲੇ ਇਹ ਵੀ ਨਹੀਂ ਕਿਹਾ ਕਿ ਸਾਡੇ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਵੀ ਆਰ ਓਪਨ ਟੂ ਰਿਪੀਲ ਇਟ, ਸਾਨੂੰ ਕਨਵਿੰਸ ਕਰੋ, ਅਸੀਂ ਓਪਨ ਹੈਗੇ ਰਿਪੀਲ ਵਾਸਤੇ। ਇਹ ਕਿਵੇਂ ਜਿੱਤ ਹੋ ਸਕਦੀ ਹੈ ਸਰਕਾਰ ਦੀ? ਉਹ ਕਹਿੰਦੇ ਨੇ 5 10 15 ਅਮੈਂਡਮੈਂਟ ਕਰ ਦਿੰਦੇ ਆ, ਬਟ ਵੀ ਆਰ ਨਾਟ ਓਪਨ ਟੂ ਰਿਪੀਲ। ਠੀਕ ਹੈ ਸਰ, ਇਹ ਜਿਹੜੀ ਗੱਲ ਹੈ ਇਹ ਉਹਨਾਂ ਦੇ ਇਰਾਦਿਆਂ ਨੂੰ, ਉਹਦੇ ਸਾਰੇ ਸਮਝ ਨੂੰ, ਤੇ ਇਹ ਜਿਹੜਾ ਏਜੰਡਾ ਹੈ ਕਾਰਪੋਰੇਟ ਉਹਦੇ ਕਿਸਾਨਾਂ ਦੇ ਵਿਰੁੱਧ, ਉਹਨੂੰ ਜ਼ਾਹਿਰ ਕਰਦਾ। ਠੀਕ ਠੀਕ ਹੈ ਡਾਕਟਰ ਗਿਆਨ ਸਿੰਘ, ਇੱਕ ਛੋਟਾ ਜਿਹਾ ਮੈਨੂੰ ਸਮਝਾ ਦਿਓ ਸਰ, ਮੈਂ ਬ੍ਰੇਕ ਲੈਣੀ ਹੈ। ਇਹ ਸ਼ੇਰ ਕਿਹਨੂੰ ਕਿਹਾ ਸਰ, ਬੱਕਰੀ ਕਿਹਨੂੰ ਕਿਹਾ ਸਰ, ਮੈਨੂੰ ਸਮਝ ਨਹੀਂ ਆਈ। ਦੇਖੋ ਗੱਲ ਹੈ, ਜਿਹੜੀਆਂ ਕਾਰਪੋਰੇਸ਼ਨਾਂ ਕੰਪਨੀਆਂ ਜਾਂ ਵੱਡੇ ਅਦਾਰੇ ਜਿਹਨੂੰ ਖਰੀਦਣਗੀਆਂ, ਉਹ ਦੱਸਣਗੀਆਂ ਕਿ ਜਦੋਂ ਆਲੂ ਖਰੀਦਦੇ ਆ ਇਹ 'ਚ ਸ਼ੂਗਰ ਦਾ ਕੰਟੈਂਟ ਵੱਧ ਹੈ, ਇਹ 'ਚ ਆਲੂ ਦਾ ਸਾਈਜ਼ ਛੋਟਾ ਹੈ, ਬਾਸਮਤੀ 'ਚ ਮੋਇਸਚਰ ਜ਼ਿਆਦਾ ਹੈ, ਬਾਸਮਤੀ ਬਦਰੰਗ ਹੈ, ਉਹ ਸ਼ੇਰ ਹੈ, ਇਹ ਜਿਹਨੇ ਵੇਚਣਾ ਹੈ ਇਹ ਉਹ ਬੱਕਰੀ ਵਾਲੀ ਗੱਲ ਹੈਗੀ। ਸੋ ਸ਼ੇਰ ਤੇ ਬੱਕਰੀ ਵਾਲੀਆਂ ਗੱਲਾਂ ਤਾਂ ਸਾਡੇ ਕੋਲ ਸਾਰੀ ਦੁਨੀਆ ਦੀਆਂ ਨੇ। ਇੱਥੋਂ ਤੱਕ ਕਿ ਅਮਰੀਕਾ 'ਚ ਸੌਗੀ ਦਾ ਕੰਟਰੈਕਟ ਫਾਰਮਿੰਗ ਹੁੰਦੀ ਹੈ, ਸਿਰਫ ਵੱਡੇ ਫਾਰਮਰ ਤੋਂ ਲੈ ਜਾਂ ਛੋਟੇ ਫਾਰਮਰ ਵੱਡੇ ਫਾਰਮਰ ਨੂੰ ਵੇਚਦੇ ਨੇ। ਕੰਟਰੈਕਟ ਫਾਰਮਿੰਗ ਥਰੂ ਆਊਟ ਦੀ ਵਰਲਡ ਕਿਸਾਨਾਂ ਦਾ ਲੱਕ ਤੋੜ ਰਿਹਾ ਹੈਗਾ। ਸੋ ਕੰਟਰੈਕਟ ਫਾਰਮ ਕੰਟਰੈਕਟ ਦਾ ਵਧੀਆ ਜਿਹੜਾ ਆਰ ਪੀ ਸਿੰਘ, ਉਹਨਾਂ ਨੂੰ ਆਪ ਪਤਾ ਹੈ ਸਟੇਟ ਵਾਲਾ ਹੈਗਾ, ਜਿਹੜਾ ਐਮ ਐਸ ਪੀ ਦਾ ਉਹ ਐਮ ਐਸ ਪੀ ਦੀ ਜਗ੍ਹਾ ਰੈਮੂਨਰੇਟਿਵ ਸਪੋਰਟ ਪ੍ਰਾਈਸ ਦਾ ਹੋਣਾ ਚਾਹੀਦਾ, ਉਹ ਕੰਟਰੈਕਟ ਚਾਹੀਦਾ, ਇਹ ਕੰਟਰੈਕਟ ਤਾਂ ਚੀਟਿੰਗ ਹੈਗੀ। ਚਲੋ ਇਹ ਮੈਂ ਇੱਕ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਵਾਂਗੇ ਅਸੀਂ। ਵਾਪਸ ਆ ਕੇ ਕਿਸਾਨ ਸਿਆਸਤ ਸਿਧਾਂਤ ਦੇ ਵਿਚਾਲੇ ਸਵਾਲ ਖਾਲਿਸਤਾਨ ਦਾ, ਚਾਈਨਾ ਸਪੋਂਸਰ, ਪਾਕਿਸਤਾਨ ਸਪੋਂਸਰ, ਐਨ ਆਈ ਏ ਦੇ ਜਿਹੜੇ ਨੋਟਿਸ ਆ ਰਹੇ ਆ, ਇਸ ਤੋਂ ਇਲਾਵਾ ਹੋਰ ਜਿਹੜੀਆਂ ਕੇਂਦਰੀ ਏਜੰਸੀਆਂ ਦੇ ਦੁਰਵਰਤੋਂ ਦੇ ਇਲਜ਼ਾਮ ਕਿਸਾਨ ਜਥੇਬੰਦੀਆਂ ਲਗਾ ਰਹੀਆਂ ਨੇ, ਉਸ ਦਾ ਜਵਾਬ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆਰ ਪੀ ਸਿੰਘ ਕੀ ਦੇਣਗੇ, ਵਾਪਸ ਆ ਕੇ ਪੁੱਛਾਂਗੇ। ਕਿ ਖੇਤੀ ਨੂੰ ਰੱਦ ਨਹੀਂ ਕਰਨੇ ਤਾਂ ਕੇਂਦਰ ਦਾ ਬੈਠਕਾਂ ਵਾਲਾ ਦੌਰ ਦਾ ਪੇਚ ਕਿਉਂ ਆ? ਆਰ ਪੀ ਸਿੰਘ ਜੀ, ਇੱਕ ਬੜਾ ਛੋਟਾ ਜਿਹਾ ਸਵਾਲ ਹੈ ਸਰ, ਛੋਟਾ ਜਿਹਾ ਜਵਾਬ ਮੈਨੂੰ ਕਿਰਪਾ ਕਰਕੇ ਦੇ ਸਕਦੇ ਹੋ ਤੁਸੀਂ? ਸਰ ਇਹ ਕਿਸਾਨ ਅੰਦੋਲਨ ਤੁਸੀਂ ਪਹਿਲਾਂ ਕਿਹਾ ਪੰਜਾਬ, ਹਰਿਆਣਾ ਅਤੇ ਯੂ ਪੀ ਦੇ ਕੁਝ ਸੰਸਥਾਵਾਂ ਜਿਹੜੀਆਂ ਉਹ ਲੀਡ ਕਰਦੀਆਂ ਪਈਆਂ, ਉਹ ਉਸ ਅੰਦੋਲਨ ਵਿੱਚ ਬੈਠੀਆਂ ਹੋਈਆਂ। ਆਰ ਪੀ ਸਿੰਘ ਜੀ, ਇਹ ਤੁਸੀਂ ਕਹਿ ਕੇ ਯੂ ਪੀ ਦਾ ਕੁਝ ਹਿੱਸਾ ਤਾਂ ਲੈ ਆਏ ਹੋ ਸਰ, ਅੱਗੇ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਪ੍ਰਚਾਰ ਕੀਤਾ ਜਾਂਦਾ ਸੀ ਜਿਹੜਾ ਕਹੂਗਾ ਬਣਾ ਕੇ ਪੇਸ਼ ਕੀਤਾ। ਆਰ ਪੀ ਸਿੰਘ ਜੀ, ਹਰਿਆਣੇ ਵਾਲੇ ਵੀ ਸਰ ਖਾਲਿਸਤਾਨੀ ਹੈ ਅਤੇ ਯੂ ਪੀ ਵਾਲੇ ਵੀ ਖਾਲਿਸਤਾਨੀ ਆ, ਬਾਕੀ ਦਾ ਮੈਂ ਨਾਮ ਇਸ ਕਰਕੇ ਨਹੀਂ ਲੈ ਰਿਹਾ ਕਿਉਂਕਿ ਤੁਸੀਂ ਉਹਨਾਂ ਨੂੰ ਐਡਰੈਸ ਹੀ ਨਹੀਂ ਕਰ ਰਹੇ ਸਰ। ਆਰ ਪੀ ਸਿੰਘ ਜੀ, ਸ਼ਿਕਾਇਤ ਵੀ ਕਰ ਸਕਦੇ ਹੋ, ਤੁਹਾਡਾ ਹੱਕ ਹੈ ਸਰ, ਸੰਵਿਧਾਨ ਸਾਨੂੰ ਹੱਕ ਦਿੰਦਾ ਸਰ। ਹਾਂ, ਤਾਮਿਲਨਾਡੂ, ਪੋਂਡੇਚੇਰੀ, ਆਂਧਰਾ ਪ੍ਰਦੇਸ਼, ਕੇਰਲਾ, ਤੇਲੰਗਾਨਾ, ਮਹਾਰਾਸ਼ਟਰ, ਓਡੀਸ਼ਾ, ਪੰਜਾਬ, ਇਹ ਸਾਰੀ ਬੀਜੇਪੀ ਸਰਕਾਰਾਂ ਨਹੀਂ, ਹੋਰ ਵੀ ਹੋਣਗੀਆਂ, ਮਤਲਬ ਕੁਛ ਨਾਮ ਗਿਣੇ ਨੇ, ਹੋਰ ਵੀ ਸਰਕਾਰਾਂ ਹੋਣਗੀਆਂ। ਅਗਰ ਫੈਡਰਲ ਸਟਰਕਚਰ ਹੀ ਠੀਕ ਨਹੀਂ ਜਾਂ ਫੈਡਰਲ ਸਟਰਕਚਰ ਤੇ ਘਾਤ ਹੈ, ਤਾਂ ਸਾਰੀ ਸਰਕਾਰਾਂ ਸੁਪਰੀਮ ਕੋਰਟ ਜਾ ਸਕਦੀਆਂ ਔਰ ਚੈਲੇਂਜ ਕਰ ਸਕਦੀਆਂ। ਇਸ ਕਰਕੇ ਇਹ ਕਹਿਣਾ ਕਿ ਫੈਡਰਲ ਸਟਰਕਚਰ ਦਾ ਘਾਤ ਹੈ ਗਲਤ ਹੈ, ਇਹ ਸਾਰੀ ਸਰਕਾਰਾਂ ਨਾਮ ਲੈ ਇੱਕ ਗੱਲ। ਦੂਜੀ ਗੱਲ ਆਖੀ ਗਈ ਐਮ ਐਸ ਪੀ ਤੇ ਕਹੀ ਗਈ 95% ਖਰੀਦ ਐਮ ਐਸ ਪੀ ਦੀ ਪੰਜਾਬ ਔਰ ਹਰਿਆਣੇ ਚ ਹੁੰਦੀ ਹੈ, ਮੇਜਰ ਖਰੀਦ ਹੈ ਪੰਜਾਬ ਵਿੱਚ, ਉਸ ਤੋਂ ਬਾਅਦ ਹਰਿਆਣੇ ਮੇਜਰ ਖਰੀਦ ਪੂਰੀ ਐਮ ਐਸ ਪੀ ਦੀ। ਸਰ ਇੱਕ ਮਿੰਟ, ਗੁਜ਼ਾਰਾ ਸਾਹਿਬ, ਆਰ ਪੀ ਸਿੰਘ ਜੀ, ਆਰ ਪੀ ਸਿੰਘ ਜੀ ਸਰ, ਆਪਾਂ ਠੀਕ ਹੈ, ਤੁਸੀਂ ਆਪਦੇ ਪੁਆਇੰਟ ਵੀ ਨਹੀਂ, ਆਰ ਪੀ ਸਿੰਘ ਸਰ ਸਰ ਸਵਾਲ ਵੀ ਸੁਣ ਲਓ ਨਾ ਸਰ, ਸਰ ਸਵਾਲ ਵੀ ਸੁਣ ਲਓ, ਆਰ ਪੀ ਸਿੰਘ ਜੀ ਸਰ ਇਦਾਂ ਨਾ ਕਰੋ ਨਾ ਸਰ, ਪਲੀਜ਼ ਸਰ ਇਦਾਂ ਨਾ ਕਰੋ ਨਾ ਸਰ, ਪਲੀਜ਼। ਗੁਜ਼ਾਰਾ ਸਾਹਿਬ ਨੇ ਕਿਹਾ ਸੰਘ ਦੇ ਉੱਤੇ ਗੱਲ ਕੀਤੀ, ਮੈਂ ਗੁਜ਼ਾਰਾ ਸਾਹਿਬ, ਮੇਰੇ ਲੀਡਰ
ਮੁਸਲਮਾਨਾਂ ਦੇ ਸੀਏ ਦੇ ਵਿਰੋਧ ਹੀ ਜਾ ਕੇ ਨਵੀਂ ਟੋਪੀ ਨਹੀਂ ਪਾਉਂਦੇ ਤੇ ਇੱਥੇ ਆ ਕੇ ਨਵੀਂ ਟੋਪੀ ਨਹੀਂ ਪਾਉਂਦੇ ਸਰ ਰੋਜ਼ ਚੌੜਾ ਲੀਡਰ ਜਾ ਕੇ ਨਵੀਂ ਟੋਪੀ ਪਾ ਕੇ ਬੈਠ ਜਾਂਦਾ ਉਹ ਪਤਾ ਉਹਦਾ ਇੰਟੈਂਸ਼ਨ ਕੀ ਹੈ मेरी आवाज आ रही है सर तुहानू आरपी सिंह जी सर आवाज आ रही है सर सर आवाज आ रही है आरपी सिंह जी सर आवाज आ रही है सर आरपी सिंह जी सर सुन सकते हो तुसी सर सुन सकते हो तुसी आरपी सिंह जी सर तुसी गल कह रहे हो कि उन्होंने पग ते टिप्पणी की है सर तुहाडी आवाज दे विच मैनू कुछ सुनाई नहीं दिता आरपी सिंह जी तुसी लगातार टोपी टोपी दा जिक्र करदे पे आरपी सिंह जी जे तुहाडे कोल कोई सवाल दा जवाब हैगा एक मिनट सर सुन तो लो ना क्यों नहीं सुनते पे आरपी सिंह जी आरपी सिंह सर सुनते क्यों नहीं पे सर तुसी सर सुन तो लो ना सर सुनते क्यों नहीं पे तुसी सुनते क्यों नहीं पे सर तुसी आरपी सिंह जी सर जोगिंदर यादव की डिबेट है जोगिंदर यादव इशू है सर साढ़े किसान इशू है सर क्यों आप इदा करते पे हैं अरजीब दारा सर आरपी सिंह जी माफ करना आरपी सिंह जी गुदारा साहब एक मिनट आरपी सिंह जी प्लीज एक मिनट गुदारा साहब सर गुदारा साहब एक मिनट आरपी सिंह जी सर तुसी 10 मिनट ले ले सर हुण चुप कर जाओ प्लीज सर चुप कर जाओ प्लीज सर तुसी इशू तो पाज रहे हो तुसी इशू दे क्यों नहीं जवाब दे रहे सर तुसी गुदारा साहब दी गल क्लियर करो तुसी की आखे तुसी गुदारा साहब क्यों नहीं चुप करदे पे आपां गुदारा एक मिनट आरपी सिंह जी एक मिनट प्लीज आरपी सिंह जी एक छोटा ब्रेक लवांगे ब्रेक तो वापस आ के फिर सवाल करने की कोशिश करूंगा जान बुझ के टोपी वाला मामला चुकया जा रहा है जान बुझ के दस्तार वाला मामला चुकया जा रहा है जां सोच समझ के चुकया जा रहा है फैसला तुसी करना है पर इशू नूं पटकाउण की कोशिश की जा रही है इशू पटका नहीं देवांगे वापस आवांगे फिर कोशिश करांगे सवाल का जवाब लेना जरूर है ਵੱਡਾ ਸਵਾਲ ਸੀ ਭਾਅ ਜੀ ਖੇਤੀ ਨੂੰ ਰੱਦ ਨਹੀਂ ਕਰਨੇ ਤਾਂ ਕੇਂਦਰ ਦਾ ਬੈਠਕਾਂ ਦਾ ਦਾਅ ਪੇਚ ਕਿਉਂ ਅਰਜੀਵ ਦਾਰਾ ਜਿਹੜੇ ਤੁਹਾਡੇ ਆਪਸ ਵਿੱਚ ਬਹਿਸ ਚੱਲ ਰਹੀ ਸੀ ਤੁਹਾਡੇ ਅਤੇ ਆਰਪੀ ਸਿੰਘ ਵਿਚਾਲੇ ਮੇਰਾ ਸਵਾਲ ਇਹ ਹੈ ਸਰ ਕਿ ਉਹ ਚੀਜ਼ਾਂ ਮੇਰੇ ਤੱਕ ਨਹੀਂ ਪਹੁੰਚੀਆਂ ਹੋ ਸਕਦਾ ਦਰਸ਼ਕਾਂ ਤੱਕ ਪਹੁੰਚੀਆਂ ਹੋਣ ਅਰਜੀਵ ਦਾਰਾ ਜਿਹੜਾ ਸਵਾਲ ਆਰਪੀ ਸਿੰਘ ਹਰਾਂ ਨੇ ਖੜਾ ਕੀਤਾ ਉਸ ਸਵਾਲ ਦੀ ਕੋਈ ਕਲੈਰੀਫਿਕੇਸ਼ਨ ਦੇਣਾ ਚਾਹੁੰਦੇ ਹੋ ਤੁਸੀਂ
ਸਰ ਮੈਨੂੰ ਆਰਪੀਸੀਸੀ ਦੀ ਆਵਾਜ਼ ਵਿੱਚ ਸਿਰਫ ਇਹ ਸਮਝ ਆ ਰਿਹਾ ਸੀ ਕਿ ਯੋਗਿੰਦਰ ਯਾਦਵ ਨੇ ਮੁਸਲਮਾਨਾਂ ਦੀ ਟੋਪੀ ਪਾਈ, ਆਮ ਆਦਮੀ ਪਾਰਟੀ ਦੀ ਟੋਪੀ ਪਾਈ, ਸੋਨੀਆ ਗਾਂਧੀ ਦੀ ਟੋਪੀ ਪਾਈ, ਉਹਦੇ ਐਡਵਾਈਜ਼ਰ ਸੀ। ਆਈ ਹੈਵ ਸੈਡ ਕਿ ਮੁਸਲਮਾਨ ਇਸ ਦੇਸ਼ ਦੇ ਨਾਗਰਿਕ ਨੇ, ਯੋਗਿੰਦਰ ਯਾਦਵ ਵੀ ਨਾਗਰਿਕ ਹੈ, ਕਿਸਾਨ ਵੀ ਨਾਗਰਿਕ ਨੇ, ਉਹਨਾਂ ਨੂੰ ਹੱਕ ਹੈ ਟੋਪੀ ਪਾਉਣ ਦਾ। ਟੋਪੀ ਦੇ ਸੰਦਰਭ ਮੈਂ ਇਸ ਦੇ ਵਿੱਚ ਗੱਲ ਕੀਤੀ, ਪਰ ਜਿਵੇਂ ਤੁਸੀਂ ਵਿੱਚੋਂ ਤਾਂ ਗੱਲ ਕਰ ਰਹੇ ਸੀ ਕਿ ਆਰਪੀ ਸਿੰਘ ਜੀ ਨੂੰ ਲੱਗਿਆ ਕਿ ਮੈਂ ਉਹਨਾਂ ਦੇ ਦਸਤਾਰ ਦੇ ਸਿੱਖ ਸਿੱਖ ਹੋਣ ਦੇ ਨਾਤੇ ਟੋਪੀ ਨਾਲ ਜੋੜ ਕੇ ਗੱਲ ਕਹੀ ਹੈ, ਨਾ ਹੀ ਮੈਂ ਅੱਜ ਤੱਕ ਕਦੇ ਇਹ ਗੱਲ ਕੀਤੀ ਹੈ, ਨਾ ਹੀ ਮੇਰਾ ਅਜਿਹਾ ਕੋਈ ਇਰਾਦਾ ਹੈ, ਨਾ ਹੀ ਮੈਂ ਕਦੇ ਕਹਾਂਗਾ। ਠੀਕ ਹੈ, ਇਹਨਾਂ ਨੂੰ ਜੇ ਇਸ ਤਰ੍ਹਾਂ ਲੱਗਿਆ ਦੈਨ ਆਈ ਐਮ ਸੌਰੀ, ਬਟ ਆਈ ਐਮ ਕਲੀਅਰ ਅਬਾਊਟ ਇਟ ਕਿ ਮੈਂ ਇਹਨਾਂ ਨੇ ਬਾਰੇ ਨਹੀਂ। ਚਲੋ ਚਲੋ ਮੇਰੇ ਸਾਹ ਆਪਾਂ ਇੱਥੇ ਮੁੱਦਾ ਖਤਮ ਕਰ ਦਈਏ, ਆਪਾਂ ਇੱਥੇ ਮੁੱਦਾ ਖਤਮ ਕਰ ਦਈਏ ਜੀ ਗੁਜ਼ਾਰਾ। ਹੁਣ ਮੈਂ ਲਦਾਰ ਪੀ ਸਿੰਘ ਆਪਾਂ ਖਤਮ ਕਰ ਦਈਏ, ਕਿੰਗਰ ਸਾਹਿਬ ਤੁਸੀਂ ਸਹਿਮਤ ਹੋਵੋਗੇ ਨਾਲ, ਡਾਕਟਰ ਗਿਆਨ ਸਿੰਘ ਵੀ ਸਹਿਮਤ ਹੋਣਗੇ। ਡਾਕਟਰ ਗਿਆਨ ਸਿੰਘ ਸਰ, ਸਵਾਲ ਇਹ ਹੈਗਾ ਕਿ ਨਵੇਂ ਖੇਤੀ ਕਾਨੂੰਨ ਦੇ ਨਾਲ ਜੇ ਕਿਸਾਨ ਕਹਿ ਰਹੇ ਸਾਨੂੰ ਨੁਕਸਾਨ ਹੋ ਰਿਹਾ, ਸਰ ਕੇਂਦਰ ਸਰਕਾਰ ਨੂੰ ਕੀ ਨੁਕਸਾਨ ਹੋ ਜਾਊਗਾ ਜੇ ਖੇਤੀ ਕਾਨੂੰਨ ਰੱਦ ਹੋ ਜਾਣਗੇ? ਡਾਕਟਰ ਗਿਆਨ ਸਿੰਘ ਦੇਖੋ, ਕੇਂਦਰ ਸਰਕਾਰ ਨੂੰ ਵੱਡਾ ਨੁਕਸਾਨ ਹੋਊਗਾ, ਕਿਉਂਕਿ ਜਿਹੜੇ ਕਾਰਪੋਰੇਟ ਇਕਨੋਮਿਕ ਮਾਡਲ ਨੂੰ ਲੈ ਕੇ ਉਹ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ, ਉਹ ਸਲੋ ਡਾਊਨ ਹੋ ਜਾਊਗਾ। ਤੇ ਰੌਲਾ ਤਾਂ ਉਹ ਹੈ ਕਿ ਤੁਹਾਡੀਆਂ ਇਕਨੋਮਿਕ ਪਾਲਿਸੀ ਦੇ ਕੀ ਨੇ, ਪ੍ਰੋ ਪੀਪਲ ਇਕਨੋਮਿਕ ਮਾਡਲ ਹੈ ਜਾਂ ਪ੍ਰੋ ਕਾਰਪੋਰੇਟ ਇਕਨੋਮਿਕ ਮਾਡਲ ਹੈ। ਇਹ ਆਕਸਫੈਮ ਅਤੇ ਵੱਖ ਵੱਖ ਸੰਸਥਾਵਾਂ ਜਿੰਨੇ ਡਿਸਪੈਰਿਟੀ ਦੇ ਅੰਕੜੇ ਲਿਆ ਰਹੀਆਂ ਨੇ, 1% ਦੇ 99% ਦਾ ਗੈਪ ਲਗਾਤਾਰ ਵੱਧ ਰਿਹਾ। ਸਿਰਫ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ, 1951 ਚ ਕਿਸਾਨਾਂ ਨੂੰ 55% ਰਾਸ਼ਟਰੀ ਆਮਦਨ ਚੋਂ ਦਿੱਤਾ ਜਾਂਦਾ ਸੀ, ਹੁਣ 16% ਦਿੱਤਾ ਜਾਂਦਾ। ਸਾਨੂੰ ਦੇਖਣਾ ਪਊਗਾ ਕਿ ਇਹਨੂੰ ਅਸੀਂ ਕਿਸਾਨਾਂ ਦੀ ਸੰਗੀ ਘੁੱਟ ਘੁੱਟ ਕੇ ਦੇਸ਼ ਦੀ ਫੂਡ ਸਿਕਿਉਰਿਟੀ ਦਾ ਕੀ ਕਰਾਂਗੇ? ਨਹੀਂ, ਡਾਕਟਰ ਗਿਆਨ ਸਿੰਘ ਇੱਕ ਸਵਾਲ ਇਹ ਹੈ, ਜਿਹੜਾ ਕੇਂਦਰ ਸਰਕਾਰ ਵਾਰ ਵਾਰ ਕਹਿੰਦੀ ਹੈ, ਕੋਰੋਨਾ ਕਾਲ ਤੋਂ ਪਹਿਲਾਂ ਇਹ ਕਹਿੰਦੇ ਸੀ 5 ਟ੍ਰਿਲੀਅਨ ਸਾਡਾ ਟਾਰਗੇਟ ਹੈ, ਉਹ ਇਹ ਕਹਿੰਦੇ ਆ ਕਿ ਅਸੀਂ ਕਿਸਾਨ ਨੂੰ ਵੀ ਫਾਇਦਾ ਪਹੁੰਚਾਉਣਾ, ਸਾਡੀ ਜਿਹੜੀ ਇਕਨੋਮਿਕ ਗਰੋਥ ਹੈ ਸਰ ਉਹਨੂੰ ਵੀ ਅਸੀਂ ਉੱਪਰ ਲੈ ਕੇ ਜਾਣਾ, ਨਾਲ ਉਹ ਕਹਿੰਦੇ ਆ ਕਿ 5 ਟ੍ਰਿਲੀਅਨ ਦੇ ਸੁਪਨਿਆਂ ਦੇ ਵਿਚਾਲੇ ਤੁਹਾਡੇ ਵਰਗੇ ਲੋਕ ਜਾਂ ਜਿਹੜੇ ਖੇਤੀ ਕਾਨੂੰਨਾਂ ਦੇ ਵਿਰੋਧ ਕਰਨ ਵਾਲੇ ਲੋਕ ਹੈ ਉਹ ਅੜਿੱਕਾ ਨੇ। ਡਾਕਟਰ ਗਿਆਨ ਸਿੰਘ ਇਹ ਦੇਖੋ ਕਿ ਪੀ ਸਿੰਘ ਜੀ, ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। 5 ਟ੍ਰਿਲੀਅਨ ਬਣਾ ਲਓ ਚਾਹੇ 10 ਟ੍ਰਿਲੀਅਨ ਬਣਾ ਲਓ ਜਾਂ 50 ਟ੍ਰਿਲੀਅਨ ਬਣਾ ਲਓ, ਰੌਲਾ ਤਾਂ ਹੈ ਕਿ ਉਹ ਡਿਸਟ੍ਰੀਬਿਊਟ ਕਿਵੇਂ ਹੁੰਦਾ, ਥੱਲੇ ਵਾਲੇ ਨੂੰ ਕਿਵੇਂ ਮਿਲਦਾ ਹੈਗਾ। ਇਹ ਜਿਹੜਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਹੈ, ਇਹ ਖੇਤੀ ਕਾਨੂੰਨਾਂ ਨਾਲ ਨਵੇਂ ਸਿਰ ਤੋਂ ਜੋੜੀ ਗਿਆ, ਤਾਂ 2016 ਚ ਵੀ ਕਿਹਾ ਗਿਆ ਸੀ। ਰੌਲਾ ਸਾਡਾ ਆਮਦਨ ਦੁੱਗਣੀ ਕਰਨ ਦਾ ਨਹੀਂ ਹੈਗਾ, ਰੌਲਾ ਘੱਟੋ ਘੱਟ ਇੰਨੀ ਆਮਦਨ ਕਰਦਾ ਕਿ ਮੁੱਢਲੀਆਂ 7 ਲੋੜਾਂ, ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਸੰਭਾਲ, ਸਾਫ ਵਾਤਾਵਰਨ ਤੇ ਸਮਾਜਿਕ ਸੁਰੱਖਿਆ ਸਤਿਕਾਰਯੋਗ ਢੰਗ ਨਾਲ ਪੂਰੀਆਂ ਹੋ ਸਕਣ। ਇਸ ਲਈ ਜਿਹੜਾ 16% ਹੈ ਉਹਨੂੰ ਵਧਾਉਣਾ ਪਊ, 50% ਪਾਪੂਲੇਸ਼ਨ ਹੈਗੀ। ਇਸ ਲਈ ਇਹ ਜਿਹੜਾ ਹੈਗਾ, ਇਹ ਮੈਨੂੰ ਇਸ ਤਰ੍ਹਾਂ ਦੀ ਗੱਲ ਲੱਗ ਰਹੀ ਹੈਗੀ। ਆਰ ਪੀ ਸਿੰਘ ਜੀ, ਸਰ ਇੱਕ ਸਵਾਲ ਮੈਂ ਤੁਹਾਨੂੰ ਪਹਿਲਾਂ ਵੀ ਪੁੱਛਿਆ ਸਰ, ਜਿਹੜੇ ਸਵਾਲ ਤੋਂ ਬਾਅਦ ਇਹ ਸਾਰੀ ਬਹਿਸ ਸ਼ੁਰੂ ਹੋ ਗਈ ਸੀਗੀ, ਸਰ ਮੈਂ ਇਹ ਸਵਾਲ ਕੀਤਾ ਸੀਗਾ ਕਿਸਾਨ ਅੰਦੋਲਨ ਦੇ ਵਿਚਾਲੇ ਜਿਹੜੀ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਕਿਸਾਨ ਜਥੇਬੰਦੀਆਂ ਕਹਿੰਦੀਆਂ, ਕੇਂਦਰੀ ਏਜੰਸੀਆਂ ਨੇ ਕਹਿੰਦੇ ਦੁਰਵਰਤੋਂ ਕੀਤੀ ਜਾ ਰਹੀ ਹੈ, ਹੋਰ ਖਾਲਿਸਤਾਨ ਵੱਲ ਫੋਕਸ ਕੀਤਾ ਜਾ ਰਿਹਾ, ਹੋਰ 50 ਤਰ੍ਹਾਂ ਦੀਆਂ ਸ਼ਰਾਰਤਾਂ, ਹੁਣ ਦੇਖੋ ਸਾਰੀਆਂ ਸ਼ਰਾਰਤਾਂ ਕਹਿੰਦੇ ਅਸੀਂ ਫੇਲ ਕਰਤੀਆਂ। ਆਰ ਪੀ ਸਿੰਘ ਜੀ, ਇਹ ਸ਼ਰਾਰਤਾਂ ਕਰ ਕੌਣ ਰਿਹਾ ਸਰ? ਪਹਿਲੀ ਗੱਲ ਤੇ ਮੈਂ ਰਿਕੁਐਸਟ ਕਰਦਾ, ਇਹ ਵੀ ਸਮਝੋ ਕਿ ਦੇਸ਼ ਵਿੱਚ ਬਾਕੀ ਸੂਬੇ ਵੀ ਨੇ, ਔਰ ਆਂਧਰਾ ਪ੍ਰਦੇਸ਼, ਚੇਨਈ, ਮੈਂ ਹੁਣ ਤਮਿਲਨਾਡੂ ਤੁਹਾਨੂੰ ਆਖਿਆ, ਇਹ ਉੜੀਸਾ, ਬੰਗਾਲ, ਅਰੁਣਾਚਲ, ਅਸਾਮ, ਸਿੱਕਮ, ਗੁਜਰਾਤ, ਮੱਧ ਪ੍ਰਦੇਸ਼, ਬਾਕੀ ਸੂਬੇ ਵੀ ਨੇ, ਔਰ ਬਾਕੀ ਸੂਬੇ ਇਹ ਸਾਰੇ ਕਾਨੂੰਨਾਂ ਨੂੰ ਵੈਲਕਮ ਕਰ ਰਹੇ ਨੇ। ਇਹ ਨਹੀਂ ਕਿ ਸਿਰਫ ਮੈਂ ਮੰਨਦਾ, ਪੰਜਾਬ ਵਿੱਚ ਹੈ ਇੱਕ ਕੰਸਰਨ, ਇੱਕ ਭੁਲੇਖਾ ਪਾਤਾ ਗਿਆ, ਉਹ ਭੁਲੇਖੇ ਕਰਕੇ ਕੰਸਰਨ ਹੈਗਾ, ਔਰ ਸਾਨੂੰ ਵੀ ਉਨਾ ਹੀ ਕੰਸਰਨ ਹੈ ਕਿ ਉਹ ਕੰਸਰਨ ਦੂਰ ਹੋਣਾ ਚਾਹੀਦਾ, ਉਹ ਕਿਤੇ ਕੋਈ ਚਿੰਤਾ ਦੂਰ ਹੋਣੀ ਚਾਹੀਦੀ ਹੈ। ਕੋਈ ਮੈਂ ਤੁਹਾਡੇ ਨਾਲ ਗੱਲਬਾਤ ਤੇ ਹੈਗਾ, ਮੈਨੂੰ ਪਤਾ ਨਹੀਂ ਕੋਈ ਉੱਥੇ ਹੁਣੇ ਮੀਟਿੰਗ ਖਤਮ ਹੋਈ ਹੈ, ਔਰ ਮੀਟਿੰਗ ਵਿੱਚ ਕੁਛ ਰਸਤਾ ਨਿਕਲਿਆ, ਕੁਝ ਨਵੀਂ ਡਿਵੈਲਪਮੈਂਟ ਹੈ ਜਿਹੜੀ ਤੁਹਾਨੂੰ ਜ਼ਿਆਦਾ ਜਾਣਕਾਰੀ ਚਾਹੀਦੀ, ਮੈਂ ਕੋਸ਼ਿਸ਼ ਕਰ ਰਿਹਾ ਜਾਣਕਾਰੀ ਲੈਣ ਦੀ ਕਿ ਸ਼ਾਇਦ ਕੋਈ ਕਿ ਕਾਨੂੰਨ ਥੋੜੇ ਦਿਨ ਵਾਸਤੇ ਸਤੰਭਿਤ ਕੀਤੇ ਜਾਣ, ਕੋਈ ਇਹੋ ਜਿਹੀ ਗੱਲ ਬਣੀ ਹੈ ਕੋਈ ਕਿ 1 ਸਾਲ ਵਾਸਤੇ ਕਾਨੂੰਨ ਰੋਕਿਆ ਜਾਏ? ਸਰ ਸਰ ਉਹਦੇ ਤੇ ਕੋਈ ਸਹਿਮਤੀ ਨਹੀਂ ਬਣੀ ਸਰ, ਅਪਡੇਟ ਦੇ ਰਿਹਾ ਸਰ, ਸਾਨੂੰ ਕੋਈ ਸਹਿਮਤੀ ਨਹੀਂ ਬਣੀ ਸਰ ਉਹਦੇ ਤੇ। ਚਲੋ ਨਹੀਂ ਨਹੀਂ ਉਹ ਹੋਇਆ ਕੀ ਹੈ ਦੱਸ ਦਿਓ ਨਾ, ਮੈਂ ਤੁਹਾਡੇ ਕੋਲ ਬੈਠਾ, ਮੈਂ ਟੀਵੀ ਨਹੀਂ ਵੇਖ ਪਾ ਰਿਹਾ, ਹਾਂ ਉਹ ਕੀ ਹੋਇਆ ਦੱਸ ਦਿਓ, ਤੁਹਾਡੇ ਦਰਸ਼ਕਾਂ ਨੂੰ ਪਤਾ ਲੱਗ ਗਿਆ ਕੀ ਹੋਇਆ? ਉਹ ਸਾਰੇ ਇੱਕ ਕਮੇਟੀ ਦਾ ਜ਼ਿਕਰ ਹੋ ਰਿਹਾ ਸਰ, ਉਹ ਪਹਿਲਾਂ ਵੀ ਕਮੇਟੀ ਦਾ ਜ਼ਿਕਰ ਹੋ ਰਿਹਾ ਵਾਰ-ਵਾਰ ਸਰ, ਉਹ ਕਮੇਟੀ ਤੇ ਨਹੀਂ ਸਹਿਮਤੀ ਬਣਦੀ ਵੀ ਆਰ ਪੀ ਸਿੰਘ ਜੀ? ਕਾਨੂੰਨ ਰੋਕਿਆ ਜਾਏ, ਇਹਦੇ ਨਾਲ ਕੋਈ ਗੱਲ ਬਣੇਗੀ ਜਾਂ ਨਹੀਂ ਬਣੇਗੀ, ਇਸ ਤੇ ਕੋਈ ਗੱਲਬਾਤ ਚੱਲ ਰਹੀ ਹੈ, ਔਰ ਸਰਕਾਰ ਸੀਰੀਅਸ ਹੈ ਕਿ ਬੇਸ਼ੱਕ ਪੰਜਾਬ ਦਾ ਕਿਸਾਨ ਹੋਵੇ, ਹਰਿਆਣਾ ਦਾ ਹੋਵੇ, ਇੱਕ ਗੱਲ ਪੂਰੀ ਕਰਾਂ, ਸਰ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਨਾ ਆਰ ਪੀ ਸਿੰਘ ਜੀ, ਤੁਸੀਂ ਕਹਿ ਰਹੇ ਹੋ ਸਾਡੇ ਕੋਲ ਫੈਕਟ ਨਹੀਂ ਹੈਗੇ, ਸਰ ਮੈਂ ਤੁਹਾਨੂੰ ਫੈਕਟ ਦੇ ਰਿਹਾ, ਸਸਪੈਂਸ਼ਨ ਦੀ ਗੱਲ ਸਰਕਾਰ ਨੇ ਜਿਹੜੀ ਆਫਰ ਕੀਤੀ ਉਹਨਾਂ ਕੋਲ ਕਿਸਾਨਾਂ ਨੇ ਸਰ ਉਹ ਸਿਰੇ ਤੋਂ ਖਾਰਜ ਕੀਤੀ ਹੈ, ਉਹ ਕਹਿੰਦੇ ਰੱਦ ਕਰਨ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਹੈਗਾ। ਆਰ ਪੀ ਸਿੰਘ ਮੈਂ ਉਹ ਪੁੱਛਣਾ, ਸਰਕਾਰ ਨੇ ਕੀ ਆਖਿਆ ਉਹ ਤਾਂ ਦੱਸ ਦਿਓ ਨਾ, ਉਹ ਗੱਲ ਦੱਸ ਦਿੱਤੀ ਪੂਰੀ ਸਰਕਾਰ ਨੇ। ਸਰ ਸਰਕਾਰ ਕਹਿ ਰਹੀ ਹੈ ਇੱਕ ਸਾਲ ਹੀ ਸਸਪੈਂਡ ਕਰ ਦਿੰਦੇ ਆ, ਤੁਸੀਂ ਮੰਨ ਜਾਓ, ਕਮੇਟੀ ਬਣਾ ਲਓ, ਜੋ ਤੀਕਰ ਕਮੇਟੀ ਦੀ ਰਿਪੋਰਟ ਆਊਗੀ ਟਾਈਮ ਬਾਉਂਡ ਕਰ ਦਿੰਦੇ ਆ, ਸਰ ਬੜਾ ਕੁਝ ਕਿਹਾ ਸਰ ਸਰਕਾਰ।
कानून स्थगित करने रोकने तैयार है और उस तो बाद वापस गल कर ली जाए, यह गल हो रही है। हाँ ते जड़ी मैं गल कह रही कि देश भर किसान ने वो किसानों की अपनी मांग है और वो किसानों की लिस्ट मेरे को खुद मैं तुम्हें एक लिस्ट सूची भेज दांगा कोई किसान जथेबंदी ने राबता नहीं किया गया। आरपी सिंह जी ये सच है? मैं चाहूंगा पढ़िया करो, आरटीआई का जवाब ना पढ़िया करो। चलो ठीक ठीक आरपी सिंह हां जी हां जी अपने दर्शकों को समझा दिए, दस दो जवाब दे रहे, सुनो तो जवाब। हाँ बोलो बोलो सर बोलो। मैं वापस चार जने मिलके कल मैं गल जवाब जवाब देने का मौका नहीं दो, प्लीज गिव मी टाइम। खालिस्तान वाले इशू बड़ी क्लीयर गल है, सरकार वालों कोई साड़ी पार्टी वालों किसी कोई गल नहीं है। हाँ रवनीत सिंह बिट्टू ने एक बार जरूर कहा कि उत्थे खालिस्तानी एलीमेंट है, असी नहीं आख्या। अगली गल सरकार को इनपुट है कि सिख फॉर जस्टिस शरारत करना चाहती है, वो इनपुट सब पब्लिकली नोन है, कैप्टन साहब ने इनपुट देता है और देश की सुरक्षा करके है। कैप्टन साहब ने इनपुट देता सर, कैप्टन साहब ने इनपुट देता है। आरपी सिंह जी सर गल क्लीयर कर दो सर, गल क्लीयर कर दो सर, कैप्टन साहब ने इनपुट देता सर। जवाब दो सर, मिस्टर किंगरा जवाब दो। ठीक है आरपी सिंह जी वापस आऊंगा सर, सर वापस आऊंगा। मिस्टर किंगरा जवाब दो सर, मिस्टर किंगरा ठीक है, मिस्टर किंगरा जवाब दो। सर आरपी सिंह जी सब तो ज्यादा टाइम तुहानू मिलिया सर, इदा ना करो सर, इदा ना करो प्लीज। सर सिख फॉर जस्टिस थोड़ी ये अंदोलन चला रहा सर। हाँ जी किंगरा साहब जवाब दो, मैं आ रहा गुरदार साहब। हरियाणा के मुख्यमंत्री ने एक दो बारी गलत बयानबाजी की और तुसी रेप्रीमेंड ही किया, तुहाडे कई लीडरां ने यह गलत बयानबाजी की खालिस्तान वाली, पर तुसी उन्हें रेप्रीमेंड तुसी अपने बंदे नूं किंगरा साहब उन्होंने तो तुहाडे ते सवाल चुके हैं, किंगरा साहब उन्होंने तो तुहाडे ते सवाल चुके हैं सर। एक मिनट आरपी सिंह जी सर प्लीज, सर प्लीज विच ना करो, इधर इधर सर इधर ना करो आरपी सिंह जी सर, इधर ना करो प्लीज। किंगरा साहब उन्होंने तुहाडे ते सवाल चुके कि कैप्टन साहब ने इनपुट दी है, किंगरा साहब प्लीज सर, किंगरा साहब सवाल सुन लो सर, किंगरा साहब सवाल सुन लो सर, किंगरा साहब किंगरा साहब सर सवाल सुन लो सर, किंगरा साहब किंगरा साहब जवाब नहीं दे रहे। ठीक है सर ठीक है किंगरा साहब, आरपी सिंह जी एक मिनट प्लीज सर रुक जाओ सर, रुक जाओ सर, रुक जाओ सर, रुक जाओ सर। वैसे तुम अब डिबेट को डीरेल करने में कामयाब हो गए सर, कामयाब हो गए सर, तुम दोनों कामयाब हो गए। प्लीज आरपी सिंह जी, हाँ जी गुदारा साहब लास्ट कमेंट सर, की कहना चाह रहे हो? प्लीज प्लीज हाँ गुदारा साहब सर दो तीन गल्लां। हाँ जी एक ता एनआईए एक पुरानी दिसंबर दी पर्चे दे विच किसान लीडरां नूं बलदेव सिरसा नूं नोटिस आया एनआईए दा, इह लिया के ते बाकी जिवें किंगरा साहब ने कहा भारतीय जनता पार्टी दे कई लीडरां ने कई तरह दे इस तरह दे मीडिया ने जवाब नहीं
ਸੁਣ ਲੈਣ ਪਰ ਕੌਣ ਹੈ ਜਗਦੀਪ ਕੌਰ ਕੌਣ ਹੈ ਕੋਈ ਬੀਜੇਪੀ ਦੀ ਲੀਡਰ ਹੈਗੀ ਹੈ ਮੈਂ ਤੁਹਾਨੂੰ ਵੀਡੀਓ ਭੇਜ ਦਿਆਂਗਾ ਕੋਈ ਬੀਜੇਪੀ ਦੀ ਲੀਡਰ ਹੈ ਕਿੰਗਰਾ ਸਾਹਿਬ ਕੋਈ ਬੀਜੇਪੀ ਦੀ ਹੁਣ ਤੁਸੀਂ ਹੁਣੇ ਤੁਸੀਂ ਕਹਿ ਰਹੇ ਹੋ ਸੀਐਮ ਹਰਿਆਣਾ ਹੁਣ ਕਹਿੰਦੇ ਕੋਈ ਸਰ ਆਰਪੀ ਸਿੰਘ ਜੀ ਕਿੰਗਰਾ ਸਾਹਿਬ ਇਹ ਖਾਲਸਾ ਤੇ ਡਿਬੇਟ ਥੋੜੀ ਹੈ ਸਰ ਸੀਐਮ ਹਰਿਆਣਾ ਵੀ ਸੀ ਬਦਲਣਾ ਨਹੀਂ ਨਾ ਹੁਣ ਅਸੀਂ ਸ਼ਾਂਤੀ ਬਣਾ ਕੇ ਰੱਖੀ ਹੈ ਤੇ ਆਰਪੀ ਸਿੰਘ ਲਗਾਤਾਰ ਬੋਲੀ ਜਾ ਰਹੇ ਨੇ ਤੇ ਉਹੀ ਗੱਲ ਠੀਕ ਹੈ ਸਰ ਚਾਰ ਲੋਕਾਂ ਦੇ ਅਗੇਂਸਟ ਮੈਨੂੰ ਇੱਕ ਮਿੰਟ ਆਰਪੀ ਸਿੰਘ ਜੀ ਸਰ ਚਾਰ ਲੋਕਾਂ ਦੇ ਅਗੇਂਸਟ ਕਿਹੜਾ ਸਰ ਤੁਸੀਂ ਕਿਹੋ ਜਿਹਾ ਇਸ਼ੂ ਖੜਾ ਕਰੀ ਜਾਂਦੇ ਹੋ ਸਰ ਫੈਕਟ ਤੇ ਡਿਬੇਟ ਹੋ ਰਹੀ ਹੈ ਸਰ ਫੈਕਟ ਤੇ ਡਿਬੇਟ ਹੋ ਰਹੀ ਹੈ ਫੈਕਟ ਤੇ ਜਵਾਬ ਦੇ ਦਿਓ ਸਰ ਹਾਂ ਗੁਜ਼ਾਰਾ ਸਾਹਿਬ ਬੋਲੋ ਸਰ ਸਰ ਮੈਂ ਆਰਪੀ ਸਿੰਘ ਨੂੰ ਰਿਕੁਐਸਟ ਕਰਦਾ ਕਿ ਇਹਨਾਂ ਨੂੰ ਅਸੀਂ ਸੁਣਿਆ ਆਰਾਮ ਨਾਲ ਹੁਣੇ ਵੀ ਸੁਣ ਲੈਣ ਸਾਹਿਬ ਸੱਚ ਬੋਲੋ ਅਸੀਂ ਕਿ ਝੂਠ ਨਾ ਬੋਲੋ ਆਪੇ ਜੁਗਿੰਦਰ ਯਾਦਵ ਜੀ ਝੂਠ ਨਾ ਬੋਲੋ ਸਰ ਉਹ ਫੈਸਲਾ ਕਰ ਲੈਣਗੇ ਲੋਕ ਸਰ ਫੈਸਲਾ ਕਰ ਲੈਣਗੇ ਦਰਸ਼ਕ ਫੈਸਲਾ ਕਰਦੇ ਆ ਸਰ ਸਾਡੇ ਹਾਂ ਬੋਲੋ ਗੁਜ਼ਾਰਾ ਸਾਹਿਬ ਹਾਂ ਹਾਂ ਗੁਜ਼ਾਰਾ ਸਾਹਿਬ ਬੋਲੋ ਇਹ ਕਿਸਾਨਾਂ ਦੀ ਜਿਹਦੇ ਸਿੱਖ ਵੀ ਨੇ ਹਿੰਦੂ ਵੀ ਨੇ ਮੁਸਲਮਾਨ ਨੇ ਉਹਨਾਂ ਦੀ ਕਿਸਾਨੀ ਖੋ ਕੇ ਤਬਾਹ ਕਰ ਰਹੇ ਇਹ ਜੇ ਮੋਦੀ ਦਾ ਵਿਰੋਧ ਕਰਨਾ ਸਾਡਾ ਧਰਮ ਹੈ ਇਹਦੀ ਬਾਦੀ ਦਾ ਵਿਰੋਧ ਕਰਨਾ ਸਾਡਾ ਧਰਮ ਹੈ ਅਸੀਂ ਕਰਾਂਗੇ ਇੱਕ ਗੱਲ ਜਿਹੜਾ ਕਿਸਾਨਾਂ ਦੀ ਗੱਲ ਕਰਦਾ ਹੈ ਉਹ ਅਸੀਂ ਪਾਰਟੀ ਵਿੱਚ ਉਹਨਾਂ ਨੂੰ ਬੇਸ਼ੱਕ ਬੋਲਦਾ ਕਿ ਜਿਹੜਾ ਹੋਰ ਸਰ ਆਰਪੀ ਸਿੰਘ ਜੀ ਸਰ ਸੁਣ ਲਓ ਸਰ ਆਰਪੀ ਸਿੰਘ ਸਰ ਤੁਸੀਂ ਵੀ ਸਰ ਬੋਲੇ ਨਹੀਂ ਕਹਿੰਦਾ ਉਹ ਸੱਚ ਸੀਗੇ ਉਹ ਝੂਠ ਵੀ ਸੀਗੇ ਤੁਸੀਂ ਸੁਣੇ ਨਾ ਹੁਣ ਤੁਸੀਂ ਸਰਟੀਫਿਕੇਟ ਨਾ ਦਿਓ ਪਲੀਜ਼ ਦੂਜੀ ਗੱਲ ਇਹ ਚੈਲੰਜ ਕਰ ਰਿਹਾ ਉਸ ਤੋਂ ਜਗਿੰਦਰ ਯਾਦਵ ਸੀਏ ਦੇ ਨੋਲੇ ਜੀ ਬੈਠਾ ਸੀ ਨਾ ਬੈਠਾ ਸੀ ਜਗਿੰਦਰ ਯਾਦਵ ਨੇ ਸੀਏ ਦੇ ਸਰ ਆਰਪੀ ਸਿੰਘ ਜੀ ਆਰਪੀ ਸਿੰਘ ਜੀ ਆਰਪੀ ਸਿੰਘ ਜੀ ਸਰ ਪਲੀਜ਼ ਸਰ ਹਾਂਜੀ ਗੁਜ਼ਾਰਾ ਸਾਹਿਬ ਬੋਲੋ ਸਰ ਜਦੋਂ ਅਸੀਂ ਇਸ ਦੇਸ਼ ਦੇ ਨਾਗਰਿਕਾਂ ਦੇ ਹਿੱਤਾਂ ਦੇ ਸਵਾਲ ਉਠਾਵਾਂਗੇ ਨਿਆਂ ਦੇ ਸਵਾਲ ਉਠਾਵਾਂਗੇ ਇਸ ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਦੇਸ਼ ਦੇ ਲੋਕਾਂ ਦੇ ਹਿੱਤਾਂ ਦੇ ਲੋਕਾਂ ਨੂੰ ਪਟਾਵਾਂਗੇ ਇਲੈਕਸ਼ਨ ਜਿੱਤ ਸਕਾਂਗੇ ਤੇ ਝੂਠ ਬੋਲ ਕੇ ਲੋਕਾਂ ਨੂੰ ਪਟਕਾਵਾਂਗੇ ਸਰ ਹੁਣ ਜੇ ਤੁਸੀਂ ਸੁਣ ਸਕਦੇ ਹੋ ਤਾਂ ਸੁਣ ਲਓ ਇਹਨੇ ਘਬਰਾਏ ਕਿਹੜੀ ਗੱਲ ਤੋਂ ਹੈਗੇ ਬੋਲੋ ਬੋਲੋ ਮਿਸਟਰ ਗੁਦਾਰਾ ਆਪਣੀ ਗੱਲ ਪੂਰੀ ਕਰੋ ਸਰ ਡਿਬੇਟ ਖਤਮ ਕਰਨੀ ਹੈ ਗੁਦਾਰਾ ਸਾਹਿਬ ਆਪਣੀ ਗੱਲ ਪੂਰੀ ਕਰੋ ਪੂਰੀ ਕਰੋ ਹਾਂ ਬੋਲੋ 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 ਸਾਰਾ ਲੈਗਾ ਬੋਲਣਗੇ ਅਸੀਂ ਸੁਣੀ ਜਾਈਏ ਅਸੀਂ ਗੱਲ ਕਵਾਂਗੇ ਇਹਨੂੰ ਤਕਲੀਫ ਹੈ ਇਹੀ ਤਕਲੀਫ ਤਾਂ ਇਹਨਾਂ ਦੀ ਹੈ ਕਿਸਾਨਾਂ ਦੀ ਗੱਲ ਨਹੀਂ ਕਰਨਗੇ ਯੋਗੇਂਦਰ ਯਾਦਵ ਕਿਉਂਕਿ ਉਹਨਾਂ ਹਰ ਮਾਮਲੇ ਦੇ ਵਿੱਚ ਜਿੱਥੇ ਨਿਆਂ ਦੀ ਗੱਲ ਉੱਥੇ ਖੜਾ ਇਸ ਕਰਕੇ ਤਕਲੀਫ ਹੈ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿ ਦੇਣਾ ਐਸਪੀ ਜੀ ਕੇਪੀ ਜੀ ਇਹਨਾਂ ਨੇ ਗੱਲ ਕੀਤੀ ਕੰਟਰੈਕਟ ਐਗਰੀਮੈਂਟ ਦੀ ਜਿਹੜੇ ਐਗਰੀਮੈਂਟ ਦਾ ਹੈ ਕਿ ਉਹਦੇ ਵਿੱਚ ਪਹਿਲਾਂ ਤੋਂ ਹੈ ਹਰਿਆਣੇ ਨੇ 2007 ਦੇ ਵਿੱਚ ਰੂਲ ਬਣਾਏ ਉਹਨਾਂ ਨੇ ਕਿਹਾ ਜਿਹੜਾ ਐਗਰੀਮੈਂਟ ਕਰਨਾ ਹੈ ਜਿੱਥੇ ਉੱਥੇ ਇਹ ਹੋਏਗਾ ਕਿ ਤੇ ਐਮਐਸਪੀ ਤੋਂ ਥੱਲੇ ਜਿਹੜੀ ਪਿਛਲੇ ਸਾਲ ਦੀ ਐਮਐਸਪੀ ਹੋਏਗੀ ਉਸ ਤੋਂ ਥੱਲੇ ਕੋਈ ਐਗਰੀਮੈਂਟ ਨਹੀਂ ਹੋਏਗਾ ਇਹ ਲਿਖਿਤ ਰੂਲ ਬਣਾਏ ਗਏ ਇਹ ਭਾਰਤੀ ਜਨਤਾ ਪਾਰਟੀ ਐਮਐਸਪੀ ਤੋਂ ਥੱਲੇ ਕੋਈ ਐਗਰੀਮੈਂਟ ਨਹੀਂ ਹੋਏਗਾ ਇਹ ਕਹਿਣ ਲੱਗਿਆ ਕਾਨੂੰਨ ਦੇ ਵਿੱਚ ਇਹਨਾਂ ਨੂੰ ਕੀ ਦਿੱਕਤ ਸੀ ਇਹ ਇਹ ਵੀ ਨਹੀਂ ਕਹਿ ਰਹੀ ਐਮਐਸਪੀ ਦੀ ਗੱਲ ਵੀ ਨਹੀਂ ਕਰ ਰਹੇ ਕਿਸਾਨਾਂ ਦੇ ਕਿਸਾਨ ਪੰਜਾਬ ਦਾ ਕਿਸਾਨ ਹਰਿਆਣੇ ਦਾ ਦੇਸ਼ ਦਾ ਕਿਸਾਨ ਸੜਕਾਂ ਤੇ ਇਹ ਉਹਨੂੰ ਅਚਾਨਕ ਪੰਜਾਬ ਤੇ ਹਰਿਆਣੇ ਦਾ ਕਿਸਾਨ ਕਹਿ ਦੇਣਾ ਚਾਹੁੰਦੇ ਨੇ ਇਹ ਕਿਵੇਂ ਹੋ ਸਕਦਾ ਹੈ ਇਹ ਕਹਿੰਦੇ ਨੇ ਇਹਨਾਂ ਨੂੰ ਲੋਕਾਂ ਨੂੰ ਕੁਝ ਕਿਹਾ ਨਹੀਂ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਦੀ ਸਰਕਾਰ ਨੇ ਸਾਰੇ ਰਾਹ ਰੋਕ ਕੇ ਸੜਕਾਂ ਪੁੱਟ ਦਿੱਤੀਆਂ ਕਿ ਦਿੱਲੀ ਨਾ ਜਾਣ ਜੇ ਪੰਜਾਬ ਦੇ ਤੇ ਹਰਿਆਣੇ ਦੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਗਣਤੰਤਰ ਦਿਵਸ ਤੇ ਰੋਕਿਆ ਜਾਏਗਾ ਹੁਣ ਤੋਂ ਪਹਿਲਾਂ ਰੋਕਿਆ ਗਿਆ ਤੇ ਉਹਨਾਂ ਨੂੰ ਨਾਗਰਿਕ ਮੰਨਣ ਤੋਂ ਇਨਕਾਰ ਕਰ ਰਹੀ ਹੈ ਸਰਕਾਰ ਇਹ ਕਿਸਾਨ ਕਹਿ ਰਹੇ ਮੈਂ ਵੀ ਕਹਿ ਰਿਹਾ ਜਿਹੜੀ ਸਰਕਾਰ ਨੂੰ ਇੰਨਾ ਕੁਝ ਕਰਨ ਤੋਂ ਬਾਅਦ ਸ਼ਰਮ ਨਹੀਂ ਗਈ ਜਿਹੜੀ ਸਰਕਾਰ ਨੂੰ ਇੰਨਾ ਕੁਝ ਕਰਨ ਤੋਂ ਬਾਅਦ ਬਿਲਕੁਲ ਉਹਨਾਂ ਦਾ ਦਿਲ ਪਸੀਦਾ ਨਹੀਂ ਇਹ ਜੀ ਅਨਿਆਈ ਜਿਹੜੀ ਸਰਕਾਰ ਹੈ ਇਹ ਜੀ ਜਿਹੜੇ ਸੰਘਵਾਦ ਦੇ ਦੇਸ਼ ਨੂੰ ਵੰਡਣ ਵਾਲੀ ਸਰਕਾਰ ਹੈ ਮੈਂ ਤਾਂ ਕਹਿੰਦਾ ਉਹਦੇ ਵਿੱਚ ਕਿਸਾਨਾਂ ਦੀ ਗੱਲ ਕਰਨ ਵਾਲੇ ਬੰਦੇ ਬੈਠੇ ਕਿਵੇਂ ਨੇ ਉਹਨਾਂ ਨੂੰ ਥੋੜਾ ਲਿਹਾਜ਼ ਹੋਣਾ ਚਾਹੀਦਾ ਇਸ ਗੱਲ ਦਾ ਕਿ ਉਹ ਸੋਚਣ ਕਦੇ ਤਾਂ ਉਹਨਾਂ ਦੀ ਆਤਮਾ ਜਾਗੇ ਤੇ ਉਹ ਕੁਝ ਸੋਚਣ ਇਸ ਗੱਲ ਕਿ ਇਹ ਦੇ ਮੋਦੀ ਦੀ ਸਰਕਾਰ ਜਿਹੜਾ ਦੇਸ਼ ਦੇ ਕਿਸਾਨਾਂ ਦੇ ਨਾਲ ਇਸ ਦੇ ਹਰ ਗਰੀਬ ਦੇ ਨਾਲ ਹਰ ਕਮੇਰੇ ਦੇ ਨਾਲ ਇੰਨਾ ਅਨਿਆਏ ਕਰ ਰਹੀ ਹੈ ਉਹਦੇ ਨਾਲ ਖੜੇ ਹੋ ਕੇ ਲੋਕ ਉੱਚੀ ਉੱਚੀ ਗੱਲਾਂ ਕਰਦੇ ਨੇ ਠੀਕ ਠੀਕ ਗੁਦਾਰਾ ਸਾਹਿਬ ਕਿਹੜੀ ਭਾਸ਼ਣ ਨਾਲ ਚਲੋ ਬਹੁਤ ਧੰਨਵਾਦ ਗੁਦਾਰਾ ਸਾਹਿਬ ਤੁਹਾਡਾ ਕਿੰਗਰਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਠੀਕ ਹੈ ਤੁਹਾਡੀ ਗੱਲ ਸਰ ਕਿੰਗਰਾ ਸਾਹਿਬ ਤੁਹਾਡੀ ਗੱਲ ਵੀ ਠੀਕ ਹੈ ਸਰ ਆਰਪੀ ਮੈਂ ਪ੍ਰੈਕਟੀਕਲ ਕੀਤੀ ਹੈ 2007 ਤੋਂ ਚਲੋ ਠੀਕ 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 ਹੈ ਠੀਕ ਹੈ ਠੀਕ ਹੈ ਠੀਕ ਹੈ ਕਿੰਗਰਾ ਸਾਹਿਬ ਤੁਸੀਂ ਵੀ ਇਹ ਗੱਲ ਕਹਿ ਰਹੇ ਹੋ ਸਰ ਕਿੰਗਰਾ ਸਾਹਿਬ ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੰਦੇ ਹੈਗੇ ਜਿਹੜਾ ਕੈਪਟਨ ਸਾਹਿਬ ਦੀ ਇਨਪੁਟ ਦਾ ਉਹਨਾਂ ਨੇ ਸਵਾਲ ਖੜਾ ਕੀਤਾ ਬੀਜੇਪੀ ਨੇ ਤੁਸੀਂ ਉਹਦਾ ਜਵਾਬ ਹੀ ਨਹੀਂ ਦਿੱਤਾ ਬਹੁਤ ਧੰਨਵਾਦ ਗੁਜ਼ਾਰਾ ਸਾਹਿਬ ਤੁਹਾਡਾ ਕਿੰਗਰਾ ਸਾਹਿਬ ਤੁਹਾਡਾ ਠੀਕ ਆਰਪੀ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਡਾਕਟਰ ਗਿਆਨ ਸਿੰਘ ਤੁਹਾਡਾ ਵੀ ਬਹੁਤ ਧੰਨਵਾਦ ਬਹੁਤ ਧੰਨਵਾਦ ਸਾਰੇ ਮਾਨਾਂ ਦਾ ਬਹੁਤ ਧੰਨਵਾਦ ਕਿਸਾਨ ਅੰਦੋਲਨ ਇਹਨਾਂ ਲੰਬਾ ਕਿਉਂ ਚੱਲ ਗਿਆ ਇਹ ਸਵਾਲ ਦੇ ਵਿਚਾਲੇ ਇਹ ਡਿਬੇਟ ਫੈਸਲਾ ਕਰ ਦੇਵੇਗੀ ਕਿ ਇਹ ਅੰਦੋਲਨ ਹੈ ਲੰਬਾ ਚੱਲਣ ਦੇ ਬਾਵਜੂਦ ਜਿਹੜੇ ਐਲੀਮੈਂਟ ਉਹਦੇ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਕਾਮਯਾਬ ਨਹੀਂ ਹੋਏਗੇ ਇਸ ਡਿਬੇਟ ਵਿੱਚ ਉਹੋ ਜਿਹੇ ਇਸ਼ੂ ਅਸੀਂ ਨਹੀਂ ਚੱਕ ਸਕੇ ਉਹੋ ਜਿਹੇ ਸਵਾਲਾਂ ਦੇ ਜਵਾਬ ਅਸੀਂ ਨਹੀਂ ਲੈ ਸਕੇ ਜਿਹੜੇ ਸਵਾਲਾਂ ਦੇ ਜਵਾਬ ਸਾਨੂੰ ਚਾਹੀਦੇ ਸੀਗੇ ਜਦੋਂ ਅਸੀਂ ਇਹ ਪੁੱਛਦੇ ਹਾਂ ਕਿ ਕੇਂਦਰ ਨੂੰ ਨੁਕਸਾਨ ਕੀ ਹੋ ਜੂਗਾ ਸਾਨੂੰ ਉਹ ਨਹੀਂ ਦੱਸਿਆ ਜਾ ਰਿਹਾ ਜਦੋਂ ਇਹ ਪੁੱਛਦੇ ਹਾਂ ਕਿਸਾਨਾਂ ਨੂੰ 5 ਫਾਇਦੇ ਕਿਹੜੇ ਹੋ ਜਾਣਗੇ ਸਾਨੂੰ ਉਹ ਨਹੀਂ ਦੱਸਿਆ ਜਾਂਦਾ ਗਾ ਅਤੇ ਜਦੋਂ ਸਾਰਾ ਮੁੱਦਾ ਪੋਲਿਟਿਕਸ ਦੇ ਉੱਤੇ ਆ ਜਾਵੇ ਤਾਂ ਪੇਚਾ ਅਸਲ ਵਿੱਚ ਇਹੀ ਹੈਗਾ ਇਸ ਨੂੰ ਧਰਮ ਦੀ